ਅੱਜ 16 ਮਾਰਚ ਹੈ ਦਿਨ ਸ਼ਨੀਚਾਰਵਾਰ ਹੈ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਦਾ ਐਲਾਨ ਹੋ ਗਿਆ ਹੈ 19 ਅਪ੍ਰੈਲ ਨੂੰ ਵੋਟਾਂ ਪੈਣੀਆਂ ਸ਼ੁਰੂ ਹੋਣਗੀਆਂ 7 ਗੀੜਾਂ ਦੇ ਵਿੱਚ 1 ਜੂਨ ਤੱਕ ਮੁੱਕਣਗੀਆਂ ਤੇ 4 ਜੂਨ ਨੂੰ ਪੂਰੇ ਦੇਸ਼ ਵਿੱਚ ਵੋਟਾਂ ਦੇ ਨਤੀਜੇ ਆ ਜਾਣਗੇ ਪੰਜਾਬ ਦੇ ਵਿੱਚ 1 ਜੂਨ ਨੂੰ ਵੋਟਾਂ ਪੈਣਗੀਆਂ ਅੱਜ ਆਮ ਆਦਮੀ ਪਾਰਟੀ ਦੇ ਐਮਪੀ ਸੁਸ਼ੀਲ ਕੁਮਾਰ ਰਿੰਕੂ ਦੇ ਬੀਜੇਪੀ ਵਿੱਚ ਜਾਣ ਦੀਆਂ ਕਾਫੀ ਖਬਰਾਂ ਚੱਲੀਆਂ ਸਨ ਜਿਨ੍ਹਾਂ ਤੇ ਰਿੰਕੂ ਨੇ ਇਹ ਕਹਿ ਕੇ ਵਿਰਾਮ ਲਾ ਦਿੱਤਾ ਕਿ ਮੈਂ ਕਿਤੇ ਨਹੀਂ ਜਾ ਰਿਹਾ ਮੈਂ ਆਮ ਆਦਮੀ ਪਾਰਟੀ ਦਾ ਵਫਾਦਾਰ ਸਿਪਾਹੀ ਹਾਂ ਬਰਗਾੜੀ ਬੇਅਦਬ ਕਾਂਡ ਦੇ ਵਿੱਚ ਜਿਸ ਸਭ ਤੋਂ ਵੱਡਾ ਖੁਲਾਸਾ ਹੋਇਆ ਜਦੋਂ ਮੁੱਖ ਮੋਲਜਮਾਂ ਦੇ ਵਿੱਚੋਂ ਇੱਕ ਪ੍ਰਦੀਪ ਕਲੇਰ ਨੇ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਬੇਅਦਬੀ ਦੀ ਸਾਜ਼ਿਸ਼ ਉਸ ਦੇ ਸਾਹਮਣੇ ਰਾਮ ਰਹੀਮ ਅਤੇ ਹਨੀਪ੍ਰੀਤ ਨੇ ਰਚੀ ਸੀ ਸਪਸ਼ਟ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਆਪਣੇ ਚੇਲਿਆਂ ਨੂੰ ਹੁਕਮ ਦਿੱਤੇ ਸਨ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣੇ ਹੋਇਆ ਪੰਜਾਬ ਦੇ ਵਿੱਚ ਪੂਰੇ 2 ਸਾਲ ਹੋ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀਆਂ ਪ੍ਰਾਪਤੀਆਂ ਗਿਣਵਾਈਆਂ ਨੇ ਕਿਸਾਨਾਂ ਦੀ ਸ਼ਹੀਦੀ ਯਾਤਰਾ ਅੱਜ ਸ਼ੰਭੂ ਬਾਰਡਰ ਤੋਂ ਚੱਲ ਕੇ ਹਰਿਆਣਾ ਪਹੁੰਚ ਗਈ ਹੈ ਪੂਰੇ ਦੇਸ਼ ਦੇ ਵਿੱਚ ਲੋਕਾਂ ਨੂੰ ਸਰਕਾਰ ਦੇ ਜਬਰ ਬਾਰੇ ਦੱਸਣ ਦੇ ਲਈ ਇਹ ਯਾਤਰਾ ਕੱਢੀ ਜਾ ਰਹੀ ਹੈ ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਐਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ ਅੱਜ ਇਸ ਖਾਸ ਬੁਲੇਟਿਨ ਦੇ ਵਿੱਚ ਦੱਸਾਂਗੀ ਤੁਹਾਨੂੰ ਪੰਜਾਬ ਭਾਰਤ ਤੇ ਦੁਨੀਆ ਭਰ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਸ਼ੁਰੂਆਤ ਕਰਦੇ ਹਾਂ ਪੰਜਾਬ ਦੀਆਂ ਖਾਸ ਖਬਰਾਂ ਤੋਂ ਮੌਸਮ ਦੀ ਤਾਜ਼ਾ ਜਾਣਕਾਰੀ ਦੇ ਨਾਲ ਮੌਸਮ ਵਿਭਾਗ ਮੁਤਾਬਕ 20 ਮਾਰਚ ਤੱਕ ਪੰਜਾਬ ਹਰਿਆਣਾ ਸਮੇਤ ਚੰਡੀਗੜ੍ਹ ਦਾ ਮੌਸਮ ਸਾਫ਼ ਰਹੇਗਾ ਪੰਜਾਬ ਦੇ ਵਿੱਚ ਅੱਜ ਤਾਪਮਾਨ ਦੇ ਵਿੱਚ 0.6 ਡਿਗਰੀ ਦਾ ਵਾਅਦਾ ਦਰਜ ਕੀਤਾ ਗਿਆ ਸਭ ਤੋਂ ਘੱਟ ਤਾਪਮਾਨ ਮੋਗਾ ਦਾ 8.3 ਡਿਗਰੀ ਰਿਹਾ ਚੰਡੀਗੜ੍ਹ ਮੁਹਾਲੀ ਅਤੇ ਲੁਧਿਆਣਾ ਦਾ ਸਭ ਤੋਂ ਵੱਧ ਤਾਪਮਾਨ 14 ਡਿਗਰੀ ਦੇ ਆਲੇ ਦੁਆਲੇ ਦਰਜ ਕੀਤਾ ਗਿਆ ਮੱਧ ਪ੍ਰਦੇਸ਼ ਦੇ ਵਿੱਚ ਮੌਸਮ ਬਦਲ ਗਿਆ ਹੈ 3 ਦਿਨਾਂ ਦੇ ਲਈ ਮੀਂਹ ਅਤੇ ਗੜੇਮਾਰੀ ਦੀ ਮੌਸਮ ਵਿਭਾਗ ਦੇ ਵੱਲੋਂ ਭਵਿੱਖਬਾਣੀ ਕੀਤੀ ਗਈ ਹੈ ਰਾਜਸਥਾਨ 'ਚ ਗਰਮੀ ਵਧ ਗਈ ਹੈ ਰਾਤ ਦਾ ਤਾਪਮਾਨ ਤਕਰੀਬਨ 3 ਡਿਗਰੀ ਵਧਿਆ ਹੈ ਅਗਲੇ 5 ਦਿਨ ਇੱਥੇ ਮੌਸਮ ਸਾਫ਼ ਰਹੇਗਾ ਹੁਣ ਤੁਹਾਨੂੰ ਦੱਸਦੇ ਹਾਂ ਪੰਜਾਬ ਸਮੇਤ ਭਾਰਤ ਦੀ ਅੱਜ ਦੀ ਸਭ ਤੋਂ ਵੱਡੀ ਸਿਆਸੀ ਖ਼ਬਰ ਪਰ ਉਸ ਤੋਂ ਵੀ ਪਹਿਲਾਂ ਪੰਜਾਬ ਦੀ ਇੱਕ ਹੋਰ ਵੱਡੀ ਖ਼ਬਰ ਬਰਗਾੜੀ ਬੇਅਦਬੀ ਕਾਂਡ ਦੇ ਨਾਲ ਜੁੜੀ ਹੋਈ ਹੈ ਅੱਜ ਤੱਕ ਦਾ ਸਭ ਤੋਂ ਵੱਡਾ ਖੁਲਾਸਾ ਹੋਇਆ ਹੈ ਉਹ ਦੱਸ ਦਿੰਦੇ ਹਾਂ ਬਰਗਾੜੀ ਬੇਅਦਬੀ ਮਾਮਲੇ ਦੇ ਵਿੱਚ ਹੁਣ ਤੱਕ ਦੀ ਹੁਣ ਤੱਕ ਦਾ ਸਭ ਤੋਂ ਵੱਡਾ ਖੁਲਾਸਾ ਤੇ ਸਭ ਤੋਂ ਵੱਡਾ ਸਬੂਤ ਸਾਹਮਣੇ ਆਇਆ ਹੈ ਪਹਿਲੀ ਵਾਰੀ ਬੇਅਦਬੀ ਦੇ ਮਾਮਲੇ ਵਿੱਚ ਸਿੱਧੇ ਤੌਰ ਤੇ ਬਲਾਤਕਾਰੀ ਤੇ ਕਾਤਲ ਸਾਦ ਗੁਰਮੀਤ RAM ਰਹੀਮ ਦੇ ਨਾਲ ਉਸ ਦੀ ਮੂੰਹ ਬੋਲੀ ਧੀ ਹਣੀਪ੍ਰੀਤ ਦਾ ਨਾਮ ਆਇਆ ਹੈ ਕੁਝ ਦਿਨ ਪਹਿਲਾਂ ਇਸ ਕੇਸ ਦੀ ਜਾਂਚ ਕਰ ਰਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਡੇਰੇ ਦੇ ਸਿਆਸੀ ਵਿੰਗ ਦੇ ਪ੍ਰਧਾਨ ਪ੍ਰਦੀਪ ਕਲੇਰ ਨੂੰ ਪਘੋੜੇ ਪ੍ਰਦੀਪ ਕਲੇਰ ਨੂੰ ਕਈ ਸਾਲਾਂ ਬਾਅਦ ਬੇਅਦਬੀ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ ਉਸਨੇ ਮੱਜੇ ਦੇ ਸਾਹਮਣੇ 164 ਦਿਨ ਬਿਆਨ ਦਰਜ ਕਰਵਾਇਆ ਕਿ ਰਾਮ रहीम ਅਤੇ ਹਣੀਪ੍ਰੀਤ ਦੋਵੇਂ ਬੇਅਦਬੀ ਲਈ ਜ਼ਿੰਮੇਦਾਰ ਨੇ ਉਸਨੇ ਚਿੱਠੀ ਲਿਖੀ ਹੈ ਉਸਨੇ ਆਪਣੇ ਬਿਆਨ ਲਿਖਤੀ ਤੌਰ ਤੇ ਦਰਜ ਕਰਵਾਏ ਨੇ ਦੱਸਿਆ ਕਿ 2015 ਦੇ ਵਿੱਚ ਦਿੱਲੀ ਵਿੱਚ ਮੀਟਿੰਗ ਹੋਈ ਸੀ ਹਨੀਪ੍ਰੀਤ ਤੇ ਰਾਮ ਰਹੀਮ ਵੀ ਬੈਠੇ ਸਨ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਜੀ ਉਸਨੇ ਪਿੰਡ ਬੁਰਜ ਜਵਾਰ ਸਿੰਘ ਵਾਲਾ ਦੇ ਵਿੱਚ ਕਥਾ ਕੀਤੀ ਲੋਕਾਂ ਨੂੰ ਪ੍ਰੇਰਿਤ ਕੀਤਾ ਤੇ ਉਸ ਗੱਲ ਤੋਂ ਪ੍ਰੇਰਿਤ ਹੋ ਕੇ ਰਾਮ ਰਹੀਮ ਦੇ ਕੁਝ ਚੇਲੇ ਜੋ ਪਹਿਲਾਂ ਡੇਰੇ ਨੂੰ ਮੰਨਦੇ ਸੀ ਉਹਨਾਂ ਨੇ ਰਾਮ ਰਹੀਮ ਦੇ ਜਿਹੜੇ ਲੋਕਟ ਗਲ ਦੇ ਵਿੱਚ ਪਾਏ ਹੋਏ ਸੀ ਉਸ ਉਹਨਾਂ ਲੋਕਟਾਂ ਨੂੰ ਲਾਹ ਦਿੱਤਾ ਲਾਹਿਆ ਹੀ ਨਹੀਂ ਪੈਰਾਂ ਥੱਲੇ ਰੋਲ ਦਿੱਤਾ ਤੇ ਐਲਾਨ ਕਰ ਦਿੱਤਾ ਕਿ ਅਸੀਂ ਅੱਜ ਤੋਂ ਰਾਮ ਨੂੰ ਨਹੀਂ ਮੰਨਦੇ ਇਸ ਸਾਰੀ ਗੱਲ ਜਦੋਂ ਉਸ ਮੀਟਿੰਗ ਦੇ ਵਿੱਚ ਰੱਖੀ ਗਈ ਤਾਂ ਹਨੀਪ੍ਰੀਤ ਕਹਿੰਦੇ ਸੁਣ ਕੇ ਗੁੱਸੇ ਵਿੱਚ ਆ ਗਈ ਕਹਿੰਦੀ ਫਿਰ ਤੁਸੀਂ ਕੀ ਕੀਤਾ ਉਸ ਤੋਂ ਬਾਅਦ ਰਾਮ ਰਹੀਮ ਤੇ ਹਣੀਪ੍ਰੀਤ ਬੋਲੇ ਕਿ ਇੱਟ ਦਾ ਪੱਥਰ ਜਵਾਬ ਨਾਲ ਦੇ ਉਹ ਹਣੀਪ੍ਰੀਤ ਕਹਿੰਦੀ ਤਾਂ ਕੀ ਹੋ ਗਿਆ ਤੁਸੀਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸੇ ਤਰ੍ਹਾਂ ਰੋਲੋ ਰਾਮ ਰਹੀਮ ਨੇ ਕਿਹਾ ਕਿ ਜੋ ਹਣੀਪ੍ਰੀਤ ਕਹਿ ਰਹੀ ਹੈ ਉਹ ਕਰੋ ਤੇ ਛੇਤੀ ਤੋਂ ਛੇਤੀ ਕਰੋ 45 ਮੈਂਬਰੀ ਟੀਮ ਦੇ ਮੈਂਬਰ ਮਹਿੰਦਰਪਾਲ ਬਿੱਟੂ ਨੂੰ ਕਿਹਾ ਗਿਆ ਕਿ ਆਪਣੀ ਟੀਮ ਦੇ ਕੋਲੋਂ ਇਹ ਕੰਮ ਛੇਤੀ ਕਰਵਾਓ ਸਾਡੀ ਜਿਹੜੀ ਮਦਦ ਚਾਹੀਦੀ ਹੈ ਅਸੀਂ ਪਿੱਛੇ ਖੜੇ ਹਾਂ ਪ੍ਰਦੀਪ ਕਲੇਰ ਨੇ ਕਿਹਾ ਕਿ ਰਾਮ ਰਹੀਮ ਨੇ ਫਿਰ ਮੈਨੂੰ ਕਹਿਤਾ ਸੀ ਕਿ ਤੂੰ ਦਿੱਲੀ ਵਿੱਚ ਜਾ ਕੇ ਕੁਝ ਲੀਡਰਾਂ ਨਾਲ ਮਿਲ ਕਿਉਂਕਿ ਜਿਹੜਾ ਦੀਪ ਕਲੇਰ ਸੀ ਉਸਨੇ ਦੱਸਿਆ ਕਿ ਉਹ ਡੇਰੇ ਦੀ ਸਿਆਸੀ ਕਮੇਟੀ ਦਾ ਸਿਆਸੀ ਵਿੰਗ ਦਾ ਪ੍ਰਧਾਨ ਸੀ ਕਹਿੰਦੇ ਮੇਰਾ ਕੰਮ ਸੀ ਸਿਆਸੀ ਆਗੂਆਂ ਦੇ ਨਾਲ ਮੀਟਿੰਗਾਂ ਕਰਨਾ ਉਹਨਾਂ ਨੂੰ ਮਿਲਣਾ ਰਾਮ ਰਹੀਮ ਨੇ ਇਹ ਜ਼ਿੰਮੇਵਾਰੀ ਸੌਂਪੀ ਸੀ ਮਾਰਚ ਅਪ੍ਰੈਲ 2015 ਦੇ ਵਿੱਚ ਦਿੱਲੀ ਬੁਲਾਇਆ ਗਿਆ ਸੀ ਰਾਮ ਰਹੀਮ ਨੂੰ ਮਿਲਣ ਤੇ ਉਸ ਮੀਟਿੰਗ ਦੇ ਵਿੱਚ ਹਨੀਪ੍ਰੀਤ ਰਾਮ ਰਹੀਮ ਤੋਂ ਇਲਾਵਾ ਰਕੇਸ਼ ਦਿੜਬਾ ਸੰਦੀਪ ਬਰੇਟਾ ਹਰਸ਼ਤੂ ਰਿਮਿੰਦਰਪਾਲ ਬਿੱਟੂ ਗੁਲਾਮ ਗੁਰleen ਕੁਮਾਰ ਇਹ ਸਾਰੇ ਕਹਿੰਦੇ ਮੀਟਿੰਗ ਚ ਬੈਠੇ ਸੀ ਤੇ ਕਿਸੇ ਨੇ ਇਹ ਗੱਲ ਦੱਸੀ ਸੀ ਕਿ ਕਿਵੇਂ ਰਾਮ ਰਹੀਮ ਦੇ ਲੋਕਟ ਨੇ ਜਿਹੜੇ ਉਹ ਲਾ ਕੇ ਇਸ ਦੇ ਚੇਲਿਆਂ ਨੇ ਸੁੱਟ ਦਿੱਤੇ ਸੀ ਤੇ ਉਹ ਸਿੱਖ ਕੌਮ ਦੇ ਵਿੱਚ ਫੇਰ ਵਾਪਸ ਆ ਗਏ ਸਨ ਸੋ ਇਹ ਬਹੁਤ ਹੀ ਵੱਡਾ ਬਿਆਨ ਹੈ ਬਹੁਤ ਵੱਡਾ ਖੁਲਾਸਾ ਹੈ ਹੁਣ ਤੱਕ ਤਾਂ ਇਲਜ਼ਾਮ ਹੀ ਲੱਗਦੇ ਰਹੇ ਨੇ ਪਰ ਹੁਣ ਉਹ ਬੰਦਾ ਸਾਹਮਣੇ ਆਇਆ ਹੈ ਜਿਹੜਾ ਉਸ ਮੀਟਿੰਗ ਦੇ ਵਿੱਚ ਬੈਠਾ ਸੀ ਜਿਸ ਮੀਟਿੰਗ ਦੇ ਵਿੱਚ ਬੇਅਦਬੀ ਦੀ ਸਾਜ਼ਿਸ਼ ਰਚੀ ਗਈ ਬੇਅਦਬੀ ਕਰਨ ਦੇ ਹੁਕਮ ਦਿੱਤੇ ਗਏ ਤੇ ਫੇਰ 2015 ਦੇ ਵਿੱਚ ਉਸੇ ਪਿੰਡ ਬੁਰਜ ਜਵਾਰ ਸਿੰਘ ਵਾਲਾ ਦੇ ਗੁਰੂ ਘਰ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਕੀਤੇ ਗਏ ਤੇ ਫੇਰ ਅਕਤੂਬਰ 2015 ਦੇ ਵਿੱਚ ਬੇਅਦਬੀ ਦੀ ਵੱਡੀ ਘਟਨਾ ਨੂੰ ਬਰਗਾੜੀ ਪਿੰਡ ਦੇ ਵਿੱਚ ਅੰਜਾਮ ਦਿੱਤਾ ਗਿਆ ਫਿਰ ਬਾਬਲ ਕਲਾਂ ਗੋਲੀ ਕਾਂਡ ਵਾਪਰਿਆ ਤੇ ਹੁਣ ਤੱਕ ਜਾਂਚ ਹੈ ਜਿਹੜੀ ਉਹ ਕਿਸੇ ਵੀ ਤਣਪੱਤਨ ਨਹੀਂ ਲੱਗੀ ਬੜੀਆਂ ਜਾਂਚ ਕਮੇਟੀਆਂ ਬੈਠੀਆਂ بڑے ਕਮਿਸ਼ਨ ਬਣੇ ਤੇ ਹੁਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਰਾਮ ਰਹੀਮ ਤਾਂ ਪਹਿਲਾਂ ਤੋਂ ਹੀ ਜੇਲ੍ਹ ਦੇ ਵਿੱਚ ਹੈ ਸਜ਼ਾ ਭੁਗਤ ਰਿਹਾ ਦੋ ਵੱਖ-ਵੱਖ ਕੇਸਾਂ ਦੇ ਵਿੱਚ ਉਮਰ ਕੈਦ ਦੀ ਸਜ਼ਾ ਪਰ ਹਣੀਪ੍ਰੀਤ ਜਿਸ ਨੇ ਇਹ ਗੱਲ ਮੂੰਹੋਂ ਕੱਢੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੈਰਾਂ ਦੇ ਵਿੱਚ ਰੋਲੋ ਉਹ ਤਾਂ ਬਾਹਰ ਹੈ ਉਹ ਡੇਰੇ ਦੇ ਵਿੱਚ ਰਹਿੰਦੀ ਹੈ ਕਿਸੇ ਵੀ ਡੇਰੇ ਦੇ ਵਿੱਚ ਰਹਿੰਦੀ ਕਿਉਂਕਿ ਉਹੀ ਸਾਰਾ ਪ੍ਰਬੰਧ ਹੈ ਜਿਹੜਾ ਉਹ ਸਾਮ ਰਹੀ ਹੈ ਕਿ ਪੁਲਿਸ ਪੁੱਛਗਿੱਛ ਕਰਨ ਦੇ ਲਈ ਹਣੀਪ੍ਰੀਤ ਤੱਕ ਪਹੁੰਚੇਗੀ ਇਹ ਵੱਡਾ ਸਵਾਲ ਹੈ ਦੇਸ਼ ਤੇ ਪੰਜਾਬ ਦੀ ਸਿਆਸਤ ਦੀ ਸਭ ਤੋਂ ਵੱਡੀ ਖਬਰ ਹੁਣ ਤੁਹਾਨੂੰ ਦੱਸ ਦਿੰਦੇ ਆ ਕਿ ਲੋਕ ਸਭਾ ਚੋਣਾਂ ਸੱਤ ģੇੜਾਂ ਦੇ ਵਿੱਚ ਹੋਣਗੀਆਂ ਐਲਾਨ ਹੋ ਚੁੱਕਿਆ 19 April ਨੂੰ ਪਹਿਲੇ ģੇੜ ਦੇ ਲਈ ਵੋਟਿੰਗ ਸ਼ੁਰੂ ਹੋ ਜਾਏਗੀ ਪੰਜਾਬ ਦੇ ਵਿੱਚ 1 June ਨੂੰ ਵੋਟਾਂ ਪੈਣਗੀਆਂ 4 June ਨੂੰ ਪੂਰੇ ਦੇਸ਼ ਦੇ ਵਿੱਚ ਪਈਆਂ ਵੋਟਾਂ ਦੇ ਨਤੀਜੇ ਆ ਜਾਣਗੇ ਮੁਲਕ ਦੇ ਅਗਲੇ ਪ੍ਰਧਾਨ ਮੰਤਰੀ ਨਵੀਂ ਸਰਕਾਰ ਅਤੇ ਚਾਰ ਸੂਬਿਆਂ ਦੇ ਮੁੱਖ ਮੰਤਰੀ ਚੁਣਨ ਦੇ ਲਈ ਚੋਣ ਤਰੀਕਾਂ ਦਾ ਐਲਾਨ ਇਕੱਠਾਈ ਕੀਤਾ ਗਿਆ। ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਦੱਸਿਆ ਮੁੱਖ ਚੋਣ ਕਮਿਸ਼ਨਰ ਨੇ ਕਿ ਦੇਸ਼ ਦੇ ਵਿੱਚ 7 ਗੇੜਾਂ ਦੇ ਵਿੱਚ ਲੋਕ ਸਭਾ ਦੀਆਂ 543 ਸੀਟਾਂ ਤੇ ਵੋਟਾਂ ਪੈਣਗੀਆਂ। ਨਤੀਜਾ ਇਕੱਠਾ 4 ਜੂਨ ਨੂੰ ਆਏਗਾ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ VOTING ਸਭ ਤੋਂ ਅਖੀਰਲੇ ਤੇ 7ਵੇਂ ਗੇੜ ਦੇ ਵਿੱਚ 1 ਜੂਨ ਨੂੰ ਹੋਏਗੀ। ਚੰਡੀਗੜ੍ਹ ਦੀ 1 ਲੋਕ ਸਭਾ ਸੀਟ ਅਤੇ ਹਿਮਾਚਲ ਪ੍ਰਦੇਸ਼ ਦੀਆਂ 4 ਲੋਕ ਸਭਾ ਸੀਟਾਂ ਤੇ ਪੰਜਾਬ ਦੇ ਨਾਲ ਹੀ 1 ਜੂਨ ਨੂੰ ਵੋਟਾਂ ਪੈਣਗੀਆਂ 7 ਮਈ ਤੋਂ 14 ਮਈ ਤੱਕ ਨਾਮਜ਼ਦਗੀਆਂ ਹੋਣਗੀਆਂ 15 ਨੂੰ ਛਾਂਟੀ ਹੋਏਗੀ 17 ਮਈ ਨੂੰ ਨਾਮ ਵਾਪਸ ਲੈਣ ਦੀ ਤਰੀਕ ਹੈ ਤੇ ਗੁਆਂਢੀ ਸੂਬੇ ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ ਤੇ 6ਵੇਂ ਗੇੜ ਦੇ ਵਿੱਚ 25 ਮਈ ਨੂੰ ਵੋਟਾਂ ਪੈਣਗੀਆਂ ਪੂਰੇ ਦੇਸ਼ ਵਿੱਚ VOTING ਪ੍ਰਕਿਰਿਆ 46 ਦਿਨ ਚੱਲੇਗੀ 19 April ਨੂੰ ਪਹਿਲੇ ਗੇੜ ਵਿੱਚ 21 ਸੂਬਿਆਂ ਨੇ 102 ਲੋਕ ਸਭਾ ਸੀਟਾਂ ਤੇ ਵੋਟਾਂ ਪੈਣਗੀਆਂ ਦੂਸਰੇ ਗੇੜ ਦੀ VOTING 26 April ਨੂੰ 13 ਸੂਬਿਆਂ ਦੀਆਂ 99 ਸੀਟਾਂ ਦੇ ਲਈ ਵੋਟਾਂ ਪਾਈਆਂ ਜਾਣਗੀਆਂ ਵੋਟਿੰਗ ਦਾ ਤੀਸਰਾ ਗੇੜ 7 ਮਈ ਨੂੰ ਹੋਏਗਾ 12 ਸੂਬੇ 94 ਲੋਕ ਸਭਾ ਸੀਟਾਂ ਦੇ ਲਈ ਵੋਟਿੰਗ ਕਰਨਗੇ ਵੋਟਿੰਗ ਦਾ ਚੌਥਾ ਗੇੜ 13 ਮਈ ਨੂੰ ਹੋਏਗਾ 10 ਸੂਬਿਆਂ ਦੀਆਂ 96 ਲੋਕ ਸਭਾ ਚੋਣਾਂ ਲਈ ਵੋਟਿੰਗ ਹੋਵੇਗੀ 20 ਮਈ ਨੂੰ ਪੰਜਵੇਂ ਗੇੜ ਦੀ ਵੋਟਿੰਗ ਦੌਰਾਨ 8 ਸੂਬਿਆਂ ਦੀਆਂ 49 ਸੀਟਾਂ ਨੂੰ ਸ਼ਾਮਲ ਕੀਤਾ ਗਿਆ ਛੇਵੇਂ ਗੇੜ ਲਈ ਵੋਟਿੰਗ 25 ਮਈ ਨੂੰ 57 ਸੀਟਾਂ ਤੇ ਹੋਵੇਗੀ ਇਹਦੇ ਵਿੱਚ ਦਿੱਲੀ ਤੇ ਹਰਿਆਣਾ ਨੂੰ ਵੀ ਸ਼ਾਮਲ ਕੀਤਾ ਗਿਆ 7ਵੇਂ ਤੇ ਅਖੀਰਲੇ ਗੇੜ ਦੀ ਚੋਣ 1 ਜੂਨ 57 ਸੀਟਾਂ ਤੇ ਹੋਵੇਗੀ ਇਹਦੇ ਵਿੱਚ ਪੰਜਾਬ ਦੀਆਂ 13 ਹਿਮਾਚਲ ਦੀਆਂ 4 ਤੇ ਚੰਡੀਗੜ੍ਹ एक सीट शामिल है हालांकि मुख्य चुनाव कमिश्नर राजीव कुमार ने जो ऐलान किया शायद गलती से नाल वो कह गए कि एक जून को हरियाणा च भी वोटा पेणगियां वी विल डू इट इन सेवन फेजेस एज वाज डन लास्ट टाइम सेवन फेजेस फेज 1 विल स्टार्ट फ्रॉम 20th मार्च नोटिफिकेशन 5 डेज फ्रॉम नाउ एंड लास्ट डेट ऑफ विड्रॉल वुड बी 30th मार्च एंड डेट ऑफ पोल वुड बी 19th अप्रैल लास्ट फेज सेवेंथ फेज नोटिफिकेशन विल भी ऑन सेवंथ ऑफ मे एंड पोलिंग ऑन फर्स्ट ऑफ जून तो लास्ट पोलिंग वुड बी ऑन फर्स्ट ऑफ जून एंड काउंटिंग ऑन फोर्थ एंड इस फेज में पूरा पंजाब हरियाणा भी शामिल रहेगा बंगाल बिहार उड़ीसा दिस इज हाउ द मैप बिल लुक येलो डिनोट्स द फर्स्ट फेज एंड अकॉर्डिंगली दीजेंट्स अर गिविन ਇਸ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ 26 ਸੀਟਾਂ ਤੇ ਜਿਮਨੀ ਚੋਣ ਵੀ ਸੂਬੇ ਦੀਆਂ ਲੋਕ ਸਭਾ ਚੋਣਾਂ ਦੇ ਨਾਲ ਹੀ ਹੋਵੇਗੀ। ਚਾਰ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦਾ ਵੀ ਐਲਾਨ ਕੀਤਾ ਗਿਆ। ਆਂਧਰਾ ਪ੍ਰਦੇਸ਼ ਵਿੱਚ 13 ਮਈ ਅਤੇ ਅਰਨਾਚਲ ਵਿੱਚ 19 ਅਪ੍ਰੈਲ, ਸਿੱਕਮ ਦੇ ਵਿੱਚ 19 ਅਪ੍ਰੈਲ, 오ਡੀਸ਼ਾ ਦੇ ਵਿੱਚ ਚਾਰ ਗੇੜਾਂ ਦੇ ਵਿੱਚ VOTING ਹੋਏਗੀ 13 ਮਈ, 20 ਮਈ, 25 ਮਈ ਤੇ 1 ਜੂਨ ਨੂੰ। ਨਤੀਜੇ 4 ਜੂਨ ਨੂੰ ਆਉਣਗੇ ਇਹਨਾਂ ਵਿਧਾਨ ਸਭਾਵਾਂ ਦੇ ਵੀ ਜਿਸ ਦਿਨ ਲੋਕ ਸਭਾ ਦੇ ਨਤੀਜੇ ਆਉਣੇ ਨੇ। ਚੋਣ ਕਮਿਸ਼ਨ ਨੇ ਦੱਸਿਆ ਕਿ ਦੇਸ਼ ਦੇ ਵਿੱਚ ਕੁੱਲ VOTER 96 ਕਰੋੜ 80 ਲੱਖ ਨੇ ਪਹਿਲੀ ਜਿਹੜੇ ਨਵੇਂ ਵੋਟਰ ਨੇ ਜਿਹੜੇ ਪਹਿਲੀ ਵਾਰੀ ਵੋਟਾਂ ਪਾਉਣਗੇ ਉਹ 1 ਕਰੋੜ 82 ਲੱਖ ਨੇ 18 ਤੋਂ 29 ਸਾਲ ਦੇ ਇਹ ਵੋਟਰ ਨੇ ਇਹਨਾਂ ਚੋਣਾਂ ਦੇ ਵਿੱਚ 55 ਲੱਖ ਈਵੀਐਮਸ ਦੀ ਵਰਤੋਂ ਹੋਏਗੀ ਤਕਰੀਬਨ 1.5 ਲੱਖ ਪੋਲਿੰਗ ਸਟੇਸ਼ਨ ਬਣਾਏ ਗਏ ਨੇ ਉਮੀਦਵਾਰਾਂ ਨੂੰ ਅਪਰਾਧਿਕ ਰਿਕਾਰਡ ਬਾਰੇ ਦੱਸਣਾ ਪਊਗਾ ਹਰ ਜ਼ਿਲ੍ਹੇ ਦੇ ਵਿੱਚ ਇੱਕ ਕੰਟਰੋਲ ਰੂਮ ਹੋਵੇਗਾ ਟੀਵੀ ਤੇ ਸੋਸ਼ਲ ਮੀਡੀਆ ਤੇ ਨਜ਼ਰ ਰਹੇਗੀ ਫਰੀ ਬੀਸ ਤੇ ਵੀ ਚੋਣ ਕਮਿਸ਼ਨ ਦੀ ਸਖਤ ਨਜ਼ਰ ਰਹੇਗੀ ਯਾਨੀ ਕਿ ਜਿਹੜੀਆਂ ਪਾਰਟੀਆਂ ਮੁਫਤ ਸਹੂਲਤਾਂ ਦੇਣ ਦੇ ਐਲਾਨ ਕਰਨਗੀਆਂ ਜਿਵੇਂ ਕਿ ਆਮ ਆਦਮੀ ਪਾਰਟੀ ਕਰਦੀ ਹੈ ਚੋਣ ਕਮਿਸ਼ਨ ਨੇ ਕਿਹਾ ਕਿ ਆਲੋਚਨਾ ਉਸ ਤੇ ਚੋਣ ਕਮਿਸ਼ਨ ਦੀ ਨਜ਼ਰ ਰਹੇਗੀ ਅਪੀਲ ਵੀ ਕੀਤੀ ਹੈ ਕਿ ਸਿਆਸੀ ਪਾਰਟੀਆਂ ਨਿੱਜੀ ਟਿੱਪਣੀਆਂ ਨਾ ਕਰਨ ਦੁਸ਼ਮਣਾਂ ਦੇ ਵਾਂਗੂ ਨਾ ਵਿਹਾਰ ਕਰਨ ਨਫ਼ਰਤੀ ਸਪੀਚ ਤੇ ਵੀ ਚੋਣ ਕਮਿਸ਼ਨ ਦੀ ਤਿੱਖੀ ਨਜ਼ਰ ਰਹੇਗੀ ਚਾਹਲਾਂ ਤੇ ਅਖਬਾਰਾਂ ਦੇ ਐਡੀਟਰਾਂ ਨੂੰ ਵਿਗਿਆਪਨ ਤੇ ਖਬਰ ਦਾ ਅੰਤਰ ਸਮਝਾਉਣਾ ਪਊਗਾ ਤੇ ਇਹਨਾਂ ਸਾਰਿਆਂ ਦੇ ਨਜ਼ਰ ਰੱਖਣ ਦੇ ਲਈ ਚੋਣ ਕਮਿਸ਼ਨ ਨੇ 2100 ਯਾਨੀ ਕਿ 21000 ਸਪੈਸ਼ਲ ਅਬਜ਼ਰਵਰ ਪੂਰੇ ਦੇਸ਼ ਦੇ ਵਿੱਚ ਤਾਇਨਾਤ ਕੀਤੇ ਨੇ ਤੇ ਵੋਟਰਾਂ ਦੇ ਲਈ ਖਾਸ ਸਹੂਲਤਾਂ ਦਾ ਵੀ ਐਲਾਨ ਕੀਤਾ ਗਿਆ ਹੈ ਕਿ ਸੀ ਵਿਜ਼ੂਅਲ ਐਪ ਹੈ ਜਿਹੜੀ ਉਹ ਬਣਾਈ ਗਈ ਜਿਸਤੇ ਵੋਟਰ ਕਿਸੇ ਵੀ ਗਲਤ ਕੰਮ ਦੀ ਸ਼ਿਕਾਇਤ ਕਰ ਸਕਣਗੇ ਤੇ ਵੋਟਰ ਦੀ ਕਿਸੇ ਵੀ ਸ਼ਿਕਾਇਤ ਉੱਤੇ ਡੇਢ ਘੰਟੇ ਦੇ ਵਿੱਚ ਰਿਸਪਾਂਸ ਦਿੱਤਾ ਜਾਏਗਾ ਯਾਨੀ ਕਿ 100 ਮਿੰਟਾਂ ਦੇ ਵਿੱਚ ਵੋਟਰ ਬੂਥਾਂ ਤੇ ਹਰ ਵਰਗ ਦੇ ਲਈ ਪੂਰੇ ਇੰਤਜ਼ਾਮ ਹੋਣਗੇ ਔਰਤਾਂ ਤੇ ਪੁਰਸ਼ਾਂ ਲਈ ਪਖਾਨਿਆਂ ਦਾ ਵੱਖਰਾ ਪ੍ਰਬੰਧ ਹੋਏਗਾ ਪਾਹਜ ਲੋਕਾਂ ਲਈ ਰੈਂਪ ਤੇ ਵੀਲ ਚੇਅਰ ਦਾ ਪ੍ਰਬੰਧ ਹੋਏਗਾ 85 ਸਾਲ ਤੋਂ ਵੱਡੀ ਉਮਰ ਦੇ ਬਜ਼ੁਰਗ ਘਰ ਦੇ ਵਿੱਚ ਹੀ ਵੋਟ ਪਾ ਸਕਣਗੇ ਮੁਲਾਜ਼ਮ ਖੁਦ ਉਹਨਾਂ ਦੇ ਘਰੇ ਵੋਟਾਂ ਪਵਾਉਣ ਦੇ ਲਈ ਜਾਣਗੇ ਸੋ ਪੂਰੇ ਦੇਸ਼ ਦੇ ਵਿੱਚ ਇਸ ਵਕਤ ਕਿਹੜੀਆਂ ਕਿਹੜੀਆਂ ਪਾਰਟੀਆਂ ਮੈਦਾਨ ਦੇ ਵਿੱਚ ਨੇ ਕਿਹਦੇ ਵਿੱਚ ਮੁੱਖ ਮੁਕਾਬਲਾ ਹੈ ਆਪਾਂ ਸਾਰੇ ਜਾਣਦੇ ਆ ਮੁੱਖ ਮੁਕਾਬਲਾ ਹੈ ਬੀਜੇਪੀ ਅਤੇ ਇੰਡੀਆ ਗੱਠਜੋੜ ਦੇ ਵਿੱਚ ਕਾਂਗਰਸ ਸੀਪੀਐਮ ਭੋਜਨ ਸਮਾਜ ਪਾਰਟੀ ਨੈਸ਼ਨਲ ਪੀਪਲਸ ਪਾਰਟੀ ਇਸ ਸਾਰੀਆਂ ਪਾਰਟੀਆਂ ਨੇ ਜਿਹੜੀਆਂ ਉਹ ਇਸ ਗੱਠਜੋੜ ਦੇ ਵਿੱਚ ਨੇ ਤੇ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਕਿ ਸੱਤਾ ਦੇ ਵਿੱਚ ਹੈ ਸੋ ਸਾਰੀਆਂ ਹੁਣ ਆਪੋ ਆਪਣੇ ਚੋਣ ਪ੍ਰਚਾਰ ਦੇ ਵਿੱਚ ਜਨਤਕ ਤਰੀਕੇ ਪੂਰੇ ਖੁੱਲੇ ਤਰੀਕੇ ਨਾਲ ਡਟ ਜਾਣਗੀਆਂ ਜੁਟ ਜਾਣਗੀਆਂ ਹੁਣ ਤੱਕ ਵੀ ਚੋਣਾਂ ਦਾ ਪ੍ਰਚਾਰਤਾ ਹੋਈ ਰਿਹਾ ਸੀ ਪਰ ਹੁਣ ਐਲਾਨ ਕੀਤੇ ਜਾ ਰਹੇ ਸੀ ਤੇ ਇਹ ਵੀ ਤੁਹਾਨੂੰ ਦੱਸ ਦਈਏ ਕਿ ਅੱਜ ਵੋਟਾਂ ਦੇ ਐਲਾਨ ਦੇ ਨਾਲ ਹੀ ਪੂਰੇ ਦੇਸ਼ ਦੇ ਵਿੱਚ ਚੋਣ ਜ਼ਾਬਤਾ ਵੀ ਲਾਗੂ ਹੋ ਚੁੱਕਿਆ ਹੈ ਕੋਈ ਵੀ ਸਿਆਸੀ ਪਾਰਟੀ ਕੋਈ ਵੀ ਸਰਕਾਰ ਲੋਕਾਂ ਦੇ ਲਈ ਕੋਈ ਵੀ ਐਲਾਨ ਨਹੀਂ ਕਰ ਸਕਦੀ ਕੋਈ ਨਵੇਂ ਕੰਮ ਦਾ ਐਲਾਨ ਨਹੀਂ ਕਰ ਸਕਦੀ ਕਿਉਂਕਿ ਇਹਨਾਂ ਐਲਾਨਾਂ ਦੇ ਨਾਲ ਸਿਆਸੀ ਪਾਰਟੀਆਂ ਵੋਟਰਾਂ ਨੂੰ ਲੁਭਾਉਣ ਦਾ ਯਤਨ ਕਰਦੀਆਂ ਨੇ ਤੇ ਚੋਣ ਕਮਿਸ਼ਨ ਇਸ ਨੂੰ ਪਰਵਾਹ ਨਹੀਂ ਕਰਦਾ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਕੁਝ ਇੱਕ ਘੰਟੇ ਪਹਿਲਾਂ ਪੰਜਾਬ ਦੇ ਵਿੱਚ ਦੋ ਵੱਡੀਆਂ ਸਿਆਸੀ ਤਿਤਲੀਆਂ ਦੇ ਉਡਾਰੀ ਭਰਨ ਦੀ ਖਬਰ ਵੀ ਖੂਬ ਚੱਲੀ ਦਾਅਵੇ ਕੀਤੇ ਜਾ ਰਹੇ ਸਨ ਸੂਤਰਾਂ ਦੇ ਪਰੋਸੇ ਤੇ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪੈਰਾਂ ਹੇਠੋ ਜ਼ਮੀਨ ਵੀ ਖਿਸਕ ਗਈ ਸੀ ਪਰ ਉਹਨਾਂ ਨੇ ਜਦੋਂ ਇਨਕਾਰ ਕੀਤਾ ਕਿ ਅਜਿਹਾ ਕੁਝ ਨਹੀਂ ਹੋ ਰਿਹਾ ਫੇਰ ਜਾ ਕੇ ਇਨ੍ਹਾਂ ਖਬਰਾਂ ਦੇ ਉੱਤੇ ਵਿਰਾਮ ਲਗਿਆ ਆਮ ਆਦਮੀ ਪਾਰਟੀ ਦੇ ਪੂਰੇ ਦੇਸ਼ ਦੇ ਵਿੱਚ ਇਕਲੌਤੇ ਐਮਪੀ ਨੇ ਸੁਸ਼ੀਲ ਕੁਮਾਰ ਰਿੰਕੂ ਜਿਵੇਂ ਪਹਿਲਾਂ ਭਗਵੰਤ ਮਾਨ ਹੋਇਆ ਕਰਦੇ ਸੀ ਰਿੰਕੂ ਅਤੇ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਕਾਫੀ ਚਰਚਾ ਚੱਲੀ ਪਰ ਉਹਨਾਂ ਨੇ ਰੋਕ ਲਾ ਦਿੱਤੀ ਇੱਕ মিডিਆ ਗਰੁੱਪ ਨਾਲ ਗੱਲਬਾਤ ਕਰਦੇ ਹੋਏ ਰਿੰਕੂ ਨੇ ਸਪਸ਼ਟ ਕੀਤਾ ਐਮਪੀ ਰਿੰਕੂ ਨੇ ਕਿ ਉਹ ਕਿਤੇ ਨਹੀਂ ਜਾ ਰਹੇ ਉਹਨਾਂ ਦੀ ਵਫਾਦਾਰੀ ਹਮੇਸ਼ਾ ਆਮ ਆਦਮੀ ਪਾਰਟੀ ਨਾਲ ਰਹੇਗੀ ਅੰਗਰਾਲ ਨੇ ਕਿਹਾ ਕਿ ਸਾਰੀਆਂ ਗੱਲਾਂ ਝੂਠੀਆਂ ਨੇ ਰਿੰਕੂ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ ਯੂਪੀ ਦੇ ਅਯੁੱਧਿਆ ਵਿੱਚ ਪੂਜਾ ਲਈ ਗਏ ਸੀ ਆਮ ਆਦਮੀ ਪਾਰਟੀ ਦੀ ਪਹਿਲੀ ਲਿਸਟ ਦੇ ਵਿੱਚ ਵੀ ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਦਾ ਨਾਮ ਫਾਈਨਲ ਕਰ ਦਿੱਤਾ ਗਿਆ 2023 ਦੇ ਵਿੱਚ ਉਹਨਾਂ ਨੇ ਕਾਂਗਰਸ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਉਡਾਰੀ ਮਾਰ ਕੇ ਜਲੰਧਰ ਜ਼ਿਮਨੀ ਚੋਣ ਜਿੱਤੀ ਸੀ ਹਾਲਾਂਕਿ ਵਿਧਾਇਕ ਸ਼ੀ ਤਲ ਅੰਗੁਰਾਲ ਦੇ ਨਾਲ ਉਹਨਾਂ ਦੀ ਸਿਆਸੀ ਪੱਧਰ ਤੇ ਬਿਲਕੁਲ ਨਹੀਂ ਬਣਦੀ ਪਰ ਉਹਨਾਂ ਨੇ ਵੀ ਫਿਲਹਾਲ ਪਾਲਾ ਬਦਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਪਾਰਟੀ ਦਾ ਹਿੱਸਾ ਹਾਂ ਆਮ ਆਦੀ ਪਾਰਟੀ ਦੇ ਵਿੱਚ ਹੀ ਹਾਂ ਆਮ ਆਦੀ ਪਾਰਟੀ ਦਾ ਹੀ ਵਧਾਇਕ ਹਾਂ ਜੀ ਪਾਰਟੀ ਭਤੀ ਜੋ ਵੀ ਮੇਰੇ ਜਿੰਮੇਵਾਰੀ ਲਗਾਈ ਜਾ ਰਹੀ ਹੈ ਉਸ ਨੂੰ ਮੈਂ ਪੂਰਾ ਕਰ ਰਿਹਾ ਹਾਂ ਪਰ ਕਿਹੜੇ ਲੋਕ ਹੈ ਜਿਹੜੇ ਮਜ਼ਾ ਲੈ ਰਹੇ ਹਨ ਉਹਨਾਂ ਦਾ ਮੈਂ ਜਵਾਬ ਨਹੀਂ ਦੇ ਸਕਦਾ ਚੋਣਾਂ ਦੇ ਐਲਾਨ ਵਾਲੇ ਦਿਨ ਤੜਕੇ-ਤੜਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਰੀ ਦਾਅ ਖੇਡਦਿਆਂ ਦੇਸ਼ ਦੀ ਜਨਤਾ ਨੂੰ ਇੱਕ ਚਿੱਠੀ ਵੀ ਲਿਖੀ ਖੁੱਲੀ ਚਿੱਠੀ ਲੋਕਾਂ ਨੂੰ ਵਟਸਐਪ ਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਜ਼ਰੀਏ ਮਿਲ ਰਹੀ ਹੈ ਪੀਐਮ ਮੋਦੀ ਨੇ ਇਸ ਵਿੱਚ ਲਿਖਿਆ ਕਿ ਤੁਹਾਡਾ ਤੇ ਸਾਡਾ ਸਾਥ ਪੂਰਾ ਇੱਕ ਦਹਾਕਾ ਪੂਰਾ ਕਰਨ ਦੀ ਦਹਲਿਜ਼ ਤੇ ਹੈ 140 ਕਰੋੜ ਭਾਰਤੀਆਂ ਦਾ ਭਰੋਸਾ ਤੇ ਸਮਰਥਨ ਮੈਨੂੰ ਪ੍ਰੇਰਿਤ ਕਰਦਾ ਹੈ ਤੁਹਾਡੇ ਭਰੋਸੇ ਤੇ ਸਮਰਥਨ ਦਾ ਹੀ ਨਤੀਜਾ ਹੈ ਕਿ ਅਸੀਂ ਜੀਐਸਟੀ ਨੂੰ ਲਾਗੂ ਕੀਤਾ ਧਾਰਾ 370 ਨੂੰ ਹਟਾਇਆ ਤੀਰੇ ਤਲਾਕ ਤੇ ਨਵਾਂ ਕਾਨੂੰਨ ਬਣਾਇਆ ਸੰਸਦ ਦੇ ਔਰਤਾਂ ਦੀ ਭਾਗੀਦਾਰੀ ਵਧਾਉਣ ਦੇ ਲਈ ਨਾਰੀ ਸ਼ਕਤੀਵੰਦਨ ਕਾਨੂੰਨ ਲਿਆਂਦਾ ਨਵੀਂ ਸੰਸਦ ਦੇ ਉਦਘਾਟਨ ਵਰਗੇ ਕਈ ਇਤਿਹਾਸਕ ਤੇ ਮਹੱਤਵਪੂਰਨ ਮੀਲ ਪੱਥਰ ਕਹਿੰਦੇ ਅਸੀਂ ਰੱਖੇ पीएम ਨੇ ਲਿਖਿਆ ਕਿ ਤੁਹਾਡਾ ਸਮਰਥਨ ਹੀ ਮੈਨੂੰ ਦੇਸ਼ ਦੀ ਭਲਾਈ ਲਈ ਦਲੇਰ ਫੈਸਲੇ ਲੈਣ ਹੋਰ ਚੰਗੀਆਂ ਯੋਜਨਾਵਾਂ ਬਣਾਉਣ ਤੇ ਉਹਨਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਦੀ ਤਾਕਤ ਦਿੰਦਾ ਹੈ ਅਸੀਂ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਦੇ ਸੰਕਲਪ ਨੂੰ ਪੂਰਾ ਕਰਨ ਲਈ ਕੰਮ ਕਰ ਰਹੇ ਹਾਂ ਇਸ ਲਈ ਮੈਨੂੰ ਤੁਹਾਡੇ ਵਿਚਾਰਾਂ ਸੁਝਾਵਾਂ ਤੇ ਸਮਰਥਨ ਦੀ ਲੋੜ ਹੈ ਤੇ ਮੈਂ ਇਸ ਦਾ ਇੰਤਜ਼ਾਰ ਕਰਾਂਗਾ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਪੰਜਾਬ ਚ ਵੱਡੇ ਪੱਧਰ ਤੇ ਪੁਲਿਸ ਅਤੇ ਪ੍ਰਸ਼ਾਸਨਿਕ ਅਫਸਰਾਂ ਦੇ ਤਬਾਦਲੇ ਵੀ ਕੀਤੇ ਗਏ ਪੰਜਾਬ ਸਰਕਾਰ ਨੇ 2 ਆਈਐਸ ਰੈਂਕ ਦੇ ਅਧਿਕਾਰੀਆਂ ਤੇ 13 ਪੀਸੀਐਸ ਰੈਂਕ ਦੇ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਇਸ ਤੋਂ ਪਹਿਲਾਂ ਵੀ ਇੱਕ ਹਫ਼ਤੇ ਦਰਦੇ ਆਈਐਸ ਆਈਪੀਐਸ ਤੇ ਪੀਪੀਐਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਤੇ ਇਹ ਬਦਲੀਆਂ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਤੇ ਕੀਤੀਆਂ ਗਈਆਂ ਨੇ ਚੋਣ ਕਮਿਸ਼ਨ ਨੇ ਪਿਛਲੇ ਮਹੀਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਸਨ ਕਿ ਪੁਲਿਸ ਦੇ ਹੇਠਲੇ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਜਾਣ ਉਹਨਾਂ ਦੇ ਜਿਨ੍ਹਾਂ ਨੂੰ ਇੱਕ ਹੀ ਥਾਂ ਤੇ ਡਿਊਟੀ ਕਰਦੇ ਆ ਪੂਰੇ 2 ਸਾਲ ਹੋ ਗਏ ਨੇ ਦੇਸ਼ ਦੀ ਮਸ਼ਹੂਰ ਗਾਇਕਾ ਅਨੁਰਾਦਾ ਪੌਂਡਵਾਲ ਵੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਈ ਹੈ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਠੀਕ ਪਹਿਲਾਂ ਅਨੁਰਾਦਾ ਪੌਂਡਵਾਲ ਨੇ ਆਪਣੇ ਗੱਲ 'ਚ ਬੀਜੇਪੀ ਦੇ ਉਹ ਨਿਸ਼ਾਨਦਾ ਪੱਲਾ ਪਾ ਲਿਆ ਪੰਜਾਬ ਦੇ ਵਿੱਚ ਬਦਲਾਅ ਵਾਲੀ ਸਿਆਸਤ ਦਾ ਨਾਰਾ ਦੇ ਕੇ ਸੱਤਾ ਦੇ ਵਿੱਚ ਆਈ ਆਮ ਆਦਮੀ ਪਾਰਟੀ ਦੇ ਅੱਜ ਪੂਰੇ 2 ਸਾਲ ਹੋ ਗਏ ਇਸ ਮੌਕੇ ਸਭ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਸਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਦੇ ਇਤਿਹਾਸਿਕ ਗੁਰਦੁਆਰਾ ਅੰਮ੍ਰਿਤਸਰ ਪਹੁੰਚੇ ਮੱਥਾ ਟੇਕਿਆ ਪੰਜਾਬ ਤੇ ਪੰਜਾਬੀਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਸਿੱਧਾ ਖਟਕੜ ਕਲਾ ਪਹੁੰਚੇ ਉਸੇ ਥਾਂ ਤੇ ਜਿੱਥੇ ਉਹਨਾਂ ਨੇ 2 ਸਾਲ ਪਹਿਲਾਂ ਸੌ ਚੁੱਕੀ ਸੀ ਮੁੱਖ ਮੰਤਰੀ ਵਜੋਂ ਇੱਥੇ ਮੁੱਖ ਮੰਤਰੀ ਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਮਿਊਜ਼ੀਅਮ ਦਾ ਜਿਹੜਾ ਨਵੀਨੀਕਰਨ ਕੀਤਾ ਗਿਆ ਉਸ ਦਾ ਉਗਾਟਨ ਵੀ ਕੀਤਾ ਉਹਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡਾਂਗੇ ਇਮਾਨਦਾਰੀ ਤੇ ਨੇਕ ਨੀਅਤ ਦੇ ਨਾਲ ਕੰਮ ਕਰ ਰਹੇ ਹਾਂ ਇਸੇ ਤਰ੍ਹਾਂ ਸਾਥ ਬਣਾਈ ਰੱਖਿਓ 13 ਚੋਂ 13 ਸੀਟਾਂ ਜਾਨੀ ਕਿ ਮੈਨੂੰ 13 ਹੱਥ ਦੇ ਦਿਓ ਤੇ 13 ਜ਼ੁਬਾਨਾਂ ਦੇ ਦਿਓ ਮਜਾਲ 1 ਰੁਪਈਆ ਵੀ ਉੱਥੇ ਰੋਕ ਕੇ ਦਿਖਾ ਲੈਣ ਸਾਡਾ ਏ ਬੈਸਮਿਤ ਪੈਸੇ ਵਾਪਸ ਲੈ ਕੇ ਆਵਾਂਗੇ ਇੱਥੇ ਜਿਹੜੇ ਪੰਜਾਬ ਦਾ ਹੱਕ ਬਣਦਾ ਜਿਹੜਾ GST ਦਾ ਹੱਕ ਬਣਦਾ ਟੈਕਸਾਂ ਦਾ ਹੱਕ ਬਣਦਾ ਇਸ ਵਕਤ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਤੇ ਤੰਜ ਕਸਤੇ ਹੋਏ ਕਿਹਾ ਕਿ ਹਾਂ ਕਿ ਵਿਰੋਧੀਆਂ ਦਾ ਇਹ ਹਾਲ ਹੈ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਨ ਉਹਨਾਂ ਕਹਿੰਦੇ ਕਿ ਪਹਿਲਾਂ ਦੀਆਂ ਸਰਕਾਰਾਂ ਇਸੇ ਸੋਚ ਨਾਲ ਕੰਮ ਕਰਦੀਆਂ ਸੀ ਸੂਬੇ ਦਾ ਖਜ਼ਾਨਾ ਖਾਲੀ ਕਰਕੇ ਆਪਣਾ ਢਿੱਡ ਭਰਦੇ ਰਹੇ ਤੁਸੀਂ ਕਹਿੰਦੇ 2022 ਦੀ ਵਾਂਗੂ ਇਹਨਾਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਵੋਟ ਦੀ ਝੋਟ ਨਾਲ ਜਵਾਬ ਦਿਓ ਤਾਂ ਕਿ ਅਸੀਂ ਮਜ਼ਬੂਤ ਹੋ ਕੇ ਪੰਜਾਬ ਦੀ ਆਵਾਜ਼ ਕੇਂਦਰ ਤੱਕ ਪਹੁੰਚਾ ਸਕੀਏ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀ ਨੂੰ ਆਪ ਹੀ ਆਪ ਦਾ ਸਰੂਪਾ ਪਾਣਦਾ ਉਹਦੇ ਪਾਣਦਾ ਹੈ ਕਹਿੰਦਾ ਤੂੰ ਮੇਰੇ ਪਾਸੇ ਚਲੋ ਜੀ ਬਹੁਤ ਮਜ਼ਬੂਤੀ ਮਿਲੀ ਜੀ ਮਜ਼ਬੂਤੀ ਮਿਲੀ ਖਟਕੜ ਕਲਾ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਪੀਏਯੂ ਖੇਤੀਬਾੜੀ ਕਾਲਜ ਦਾ ਉਦਘਾਟਨ ਕਰਨ ਪਹੁੰਚੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਸਰਕਾਰ ਵੱਲੋਂ ਸਿੱਖਿਆ ਨੌਕਰੀ ਅਤੇ ਸੰਨਤੀ ਖੇਤਰ ਦੇ ਵਿੱਚ ਕਿਹੜੇ ਕਿਹੜੇ ਕੰਮ ਕੀਤੇ ਗਏ ਨੇ ਮੀਡੀਆ ਸਾਹਮਣੇ ਲਿਆਓ ਇੱਕ ਬੰਦਾ ਕਹੇ ਦੇ ਕਿ ਸ਼ਪਾਲ ਛਾਉਣੀ ਪਈ ਐ ਐਮਐਲਏ ਵੀ ਆ ਮੰਤਰੀ ਦੀ ਜੇ 700 ਨੰਬਰ ਦਾ ਪੇਪਰ ਸੀ 680 ਨੰਬਰ ਆ ਗਏ ਪਰ ਨੌਕਰੀ ਇਸ ਕਰਕੇ ਨਹੀਂ ਮਿਲੀ ਕਿ ਬਾਪੂ ਜਾਣਦਾ ਨਹੀਂ ਸੀ ਕਿਸੇ ਨੂੰ ਐਮਐਲਏ ਨੂੰ ਤੇ 500 ਨੰਬਰ ਵਾਲਾ ਇਸ ਕਰਕੇ ਨੌਕਰੀ ਲੈ ਗਿਆ ਕਿ ਉਹਦਾ ਖਾਸ ਬੰਦਾ ਸੀ ਐਮਐਲਏ ਨੋ ਇਹ ਤਾਂ ਨਹੀਂ ਹੋਊਗਾ ਮੈਂ ਇਹੋ ਜਿਹੀਆਂ ਨੌਕਰੀਆਂ ਵੀ ਨਿਯੁਕਤੀ ਪੱਤਰ ਦੇ ਕੇ ਆਇਆ ਇੱਕੋ ਘਰ ਚ ਦੋ ਭੈਣ ਭਾਈ ਦੋਨੋਂ ਦੋਨੋਂ ਇਕੱਠੇ ਪੜਦੇ ਰਹੇ ਦੋਨਾਂ ਦੇ ਨੰਬਰ ਆ ਗਏ ਦੋਨਾਂ ਵਾਸਤੇ ਚਿੱਠੀ ਆ ਗਈ ਕਰੇ ਆ ਜਾਓ ਭਾਈ ਸਰਕਾਰੀ ਨੌਕਰੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਆ ਹੁੰਦਾ ਕੰਮ ਯਾਰ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਕਿਸਾਨਾਂ ਦੇ ਮੋਰਚੇ ਲਗਾਤਾਰ ਭਖੇ ਹੋਏ ਨੇ ਕਿਸਾਨਾਂ ਦੇ ਮੋਰਚਿਆਂ ਨੂੰ ਸ਼ਨੀਚਰਵਾਰ ਨੂੰ 33ਵਾਂ ਦਿਨ ਹੋ ਗਿਆ ਅਤੇ ਸ਼ੰਭੂ ਬਾਰਡਰ ਤੇ ਡਟੇ ਕਿਸਾਨਾਂ ਦੇ ਵੱਲੋਂ ਕਿਸਾਨ ਲੀਡਰਾਂ ਦੇ ਵੱਲੋਂ ਉਲੀਕੇ ਪ੍ਰੋਗਰਾਮ ਦੇ ਤਹਿਤ ਸ਼ਨੀਚਰਵਾਰ ਨੂੰ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦੀਆਂ ਅਸਥੀਆਂ ਦੇ ਨਾਲ ਕਿਸਾਨਾਂ ਨੇ ਸ਼ਹੀਦੀ ਕਲਸ਼ ਯਾਤਰਾ ਸ਼ੁਰੂ ਕੀਤੀ ਇਹ ਯਾਤਰਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਤੇ ਚੰਡੀਗੜ੍ਹ ਤੋਂ ਹੁੰਦੀ ਹੋਈ ਪੰਚਕੁਲਾ ਇਲਾਕੇ ਵਿੱਚ ਦੀ ਹਰਿਆਣਾ ਵਿੱਚ ਦਾਖਲ ਹੋਈ ਰਾਤ ਨੂੰ ਪੰਚਕੁਲਾ ਦੇ ਪਿੰਡ ਸਕੇਤੜੀ ਦੇ ਵਿੱਚ ਇਸ ਯਾਤਰਾ ਦਾ ਟਹਿਰਾ ਰਹਾ ਸ਼ੰਭੂ ਬਾਰਡਰ ਤੋਂ ਸ਼ੁਰੂ ਹੋਈ ਸੀ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਤੇ ਹੋਰ ਜਿਹੜੇ ਮੋਰਚੇ ਦੀ ਖਾਤਰ ਜਾਨ ਗਵਾਉਣ ਵਾਲੇ ਕਿਸਾਨ ਨੇ ਉਹਨਾਂ ਨੂੰ ਸਮਰਪਿਤ ਇਹ ਯਾਤਰਾ 1.5 ਵਜੇ ਦੇ ਕਰੀਬ ਮੁਹਾਲੀ ਦੇ ਗੁਰਦੁਆਰਾ ਸਿੰਘ ਸ਼ਹੀਦਾ ਪਹੁੰਚੀ ਵੱਡੀ ਗੰਤ ਵਿੱਚ ਕਿਸਾਨਾਂ ਨੇ ਗੁਰੂ ਘਰ ਮੱਥਾ ਟੇਕਿਆ ਇੱਥੋਂ ਇਹ ਕਲਸ਼ ਯਾਤਰਾ ਹਰਿਆਣੇ ਵੱਲ ਰਵਾਨਾ ਹੋਈ ਇਸ ਯਾਤਰਾ ਦੀ ਅਗਵਾਈ ਕਰ ਰਹੇ ਕਿਸਾਨ ਲੀਡਰ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਇਸ ਸ਼ਹੀਦੀ ਯਾਤਰਾ ਨੂੰ ਲੋਕਾਂ ਦਾ ਵੱਡਾ ਹੁੰਗਾਰਾ ਮਿਲ ਰਿਹਾ ਅਸੀਂ ਮਿਲ ਕੇ ਸ਼ੁਭਕਰਨ ਸਿੰਘ ਨੂੰ ਇਨਸਾਫ ਦਿਵਾ ਕੇ ਰਾਂਗੇ ਤੇ ਪੂਰੇ ਦੇਸ਼ ਨੂੰ ਦੱਸਾਂਗੇ ਕਿ ਸਰਕਾਰ ਨੇ ਕਿਵੇਂ ਜ਼ਬਰ ਕੀਤਾ ਉਹਨਾਂ ਪੰਜਾਬ ਸਰਕਾਰ ਨੂੰ ਵੀ ਚੇਤਾਵਨੀ ਦਿੱਤੀ ਕਿ ਸ਼ੁਭਕਰਨ ਸਿੰਘ ਦੇ ਪਰਿਵਾਰ ਲਈ ਐਲਾਨੇ 1 ਕਰੋੜ ਦੇ ਮੁਆਵਜ਼ੇ ਦੀ ਰਾਸ਼ੀ ਛੇਤੀ ਜਾਰੀ ਕੀਤੀ ਜਾਵੇ ਨਹੀਂ ਤਾਂ ਪੰਜਾਬ ਸਰਕਾਰ ਖਿਲਾਫ ਵੀ ਸੰਘਰਸ਼ ਵਿੱੜਿਆ ਜਾਊਗਾ ਜਿਹੜਾ ਜੁਆਇਨਿੰਗ ਲੈਟਰ ਆ ਉਸ ਦੀ ਸਿਸਟਰ ਦਾ ਉਹ ਸਾਨੂੰ ਵਿਖਾਇਆ ਸੀ ਔਰ 1 ਕਰੋੜ ਦਾ ਇਹਨਾਂ ਨੇ ਕਿਹਾ ਸੀ ਵੀ ਅਸੀਂ ਚੈੱਕ ਦੇਵਾਂਗੇ ਸੀਐਮ ਸਾਹਿਬ ਆਪਾਂ ਕੇ ਦੇਣਗੇ ਉਹ ਅੱਲੀ ਤੱਕ ਪਹੁੰਚਿਆ ਨਹੀਂ ਪਰ ਸਾਡੀ ਗੱਲਬਾਤ ਆਪਸ ਨਾਲ ਹੈਗੀ ਆ ਉਹ ਕਹਿੰਦੇ ਵੀ ਸੀਐਮ ਸਮਾਰਾ ਕੇ ਜਲਦ ਹੀ ਇਹਨਾਂ ਦੇ ਇਹਨਾਂ ਦੇ ਵਿੱਚ ਉਹ ਚੈੱਕ ਵੀ ਲੈਣਗੇ ਤਾਂ ਔਰ ਜੁਆਇਨਿੰਗ ਲੈਟਰ ਵੀ ਦੇਣਗੇ ਕਿਤੇ ਫਿਰ ਲਾਰਾ ਹੀ ਨਾ ਨਿਕਲਦੇ ਜਿਵੇਂ ਪਹਿਲਾਂ ਹੋਰ ਸਰਕਾਰਾਂ ਨੇ ਵਾਅਦੇ ਕੀਤੇ ਪਰ ਉਹ ਪੂਰੇ ਨਹੀਂ ਹੋਏ ਇਹ ਵੀ ਕਿਤੇ ਲਾਰਾ ਨਾ ਰਹੇ ਜੇਕਰ ਇਹ ਲਾਰਾ ਲਾਉਣਗੇ ਤਾਂ ਫਿਰ ਮੈਂ ਇਹ ਸਮਝਦਾ ਵੀ ਇਹ ਆਪ ਔਖੇ ਹੋਣਗੇ ਫਿਰ ਇਹ ਸਰਕਾਰ ਨੂੰ ਵੀ ਅਸੀਂ ਪੁੱਛਾਂਗੇ ਕਿ ਲੋਕਾਂ ਨੂੰ ਝੂਠੇ ਲਾਰੇ ਤੁਸੀਂ ਸਾਡੇ ਸ਼ਹੀਦ ਦੀ ਸ਼ਹਾਦਤ ਦਾ ਮਜ਼ਾਕ ਢਾਉਂਦੇ ਹੋ ਫਿਰ ਇਹਨਾਂ ਨੂੰ ਵੀ ਸਵਾਲ ਪੁੱਛਾਂਗੇ 21 ਫਰਵਰੀ ਨੂੰ ਖਨੌਰੀ ਬਾਰਡਰ ਤੇ ਨੌਜਵਾਨ ਕਿਸਾਨ ਪ੍ਰੀਤਪਾਲ ਸਿੰਘ ਨੂੰ ਹਰਿਆਣਾ ਪੁਲਿਸ ਵੱਲੋਂ ਚੁੱਕ ਕੇ ਲਿਜਾਣ ਤੇ ਫਿਰ ਕੁੱਟਮਾਰ ਕਰਨ ਦੀ ਤਸਦੀਕ ਪ੍ਰੀਤਪਾਲ ਸਿੰਘ ਨੇ ਹੁਣ ਖੁਦ ਕੀਤੀ ਹੈ ਆਪਣੇ ਨਾਲ ਹੋਈ ਸਾਰੀ ਹੱਦਬਿੱਤੀ ਦੱਸ ਦਿੱਤੀ ਆ ਹਾਈ ਕੋਰਟ ਦੇ ਹੁਕਮਾਂ ਤੇ ਮੈਜਿਸਟ੍ਰੇਟ ਨੇ ਪ੍ਰੀਤਪਾਲ ਸਿੰਘ ਦਾ ਹਸਪਤਾਲ ਜਾ ਕੇ ਬਿਆਨ ਲਿਆ ਸੀ ਜਿਸ ਨੂੰ ਅਦਾਲਤ ਦੇ ਵਿੱਚ ਸ਼ੁੱਕਰਵਾਰ ਨੂੰ ਪੇਸ਼ ਕੀਤਾ ਗਿਆ ਪ੍ਰੀਤਪਾਲ ਨੇ ਦੱਸਿਆ ਸੀ ਕਿ ਉਸ ਨੂੰ ਪਹਿਲਾਂ ਪੰਜਾਬ ਦੀ ਹੱਦ ਵਿੱਚ ਦਾਖਲ ਹੋ ਕੇ ਹਰਿਆਣੇ ਦੀ ਪੁਲਿਸ ਤੇ ਫੌਜ ਨੇ ਕੁੱਟਿਆ ਸੀ ਤੇ ਫਿਰ ਉਸ ਨੂੰ ਹਰਿਆਣੇ ਧੂਕੇ ਲੈ ਗਏ ਤੇ ਉੱਥੇ ਜਾ ਕੇ ਤਸ਼ੱਦਦ ਕੀਤਾ ਦੂਸਰੇ ਪਾਸੇ ਹਰਿਆਣਾ ਪੁਲਿਸ ਨੇ ਅਦਾਲਤ ਨੂੰ ਇਹ ਦੱਸਿਆ ਕਿ ਪ੍ਰੀਤਪਾਲ ਨੇ ਲੋਕਾਂ ਨੂੰ ਭੜਕਾਇਆ ਜਿਸ ਦੀ ਵਜ੍ਹਾ ਕਰਕੇ ਕਹਿੰਦੇ ਸਾਡੇ ਪੁਲਿਸ ਦੇ 15 ਜਵਾਨ ਜ਼ਖਮੀ ਹੋ ਗਏ ਹੁਣ ਪ੍ਰੀਤਪਾਲ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਟਵੀਟ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਕਿਹਾ ਕਿ ਜਦੋਂ ਪ੍ਰੀਤਪਾਲ ਸਿੰਘ ਖੁਦ ਦੱਸ ਰਿਹਾ ਕਿ ਕਿਸ ਤਰ੍ਹਾਂ ਉਹਦੇ ਨਾਲ ਕੁੱਟਮਾਰ ਕੀਤੀ ਗਈ ਤਾਂ ਹੁਣ ਵੀ ਮੁੱਖ ਮੰਤਰੀ ਭਗਵੰਤ ਮਾਨ ਕਿਉਂ ਹਰਿਆਣਾ ਪੁਲਿਸ ਖਿਲਾਫ ਕਾਰਵਾਈ ਕਰਨ ਤੋਂ ਬਚ ਰਹੇ ਨੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਮਸਲੇ ਦੇ ਉੱਤੇ ਪੰਜਾਬ ਸਰਕਾਰ ਤੋਂ ਵੀ ਜਵਾਬ ਤਲਬ ਕੀਤਾ ਕਿਉਂਕਿ ਪ੍ਰੀਤਪਾਲ ਦੇ ਪਿਤਾ ਨੇ ਇਹ ਪਟੀਸ਼ਨ ਪਾਈ ਹੈ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਉਹ ਪੰਜਾਬ ਦੇ ਡੀਜੀਪੀ ਨੂੰ ਇਹ ਦੱਸ ਚੁੱਕੇ ਨੇ ਇਸ ਘਟਨਾ ਬਾਰੇ ਕਈ ਵਾਰੀ ਦੱਸ ਚੁੱਕੇ ਨੇ ਪਰ ਕੋਈ ਕਾਰਵਾਈ ਨਹੀਂ ਕੀਤੀ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੱਡੀ ਰਾਹਤ ਮਿਲੀ ਦਿੱਲੀ ਆਪਕਾਰੀ ਨੀਤੀ ਮਾਮਲੇ ਵਿੱਚ ਮੁੱਖ ਮੰਤਰੀ ਕੇਜਰੀਵਾਲ ਪਹਿਲੀ ਵਾਰੀ ਰਾਊਜ਼ ਐਵੇਨਿਊ ਅਦਾਲਤ ਵਿੱਚ ਪੇਸ਼ ਹੋਣ ਪਹੰਚੇ ਇਸ ਕੇਸ ਦੇ ਵਿੱਚ ਇੱਥੇ ਕੇਜਰੀਵਾਲ ਨੂੰ 15000 ਰੁਪਏ ਦੇ ਨਿਜੀ ਮੁਚਾਲਕੇ ਜਮਾਨਤ ਦੇ ਦਿੱਤੀ ਗਈ ਦਿੱਲੀ ਦੇ ਮੁੱਖ ਮੰਤਰੀ ਨੂੰ ਇਹ ਜ਼ਮਾਨਤ ਆਪੀਸੀ ਦੀ ਧਾਰਾ 174 ਦੀ ਉਲੰਘਣਾ ਦੇ ਕੇਸ ਵਿੱਚ ਦਿੱਤੀ ਗਈ ਹੈ ਜਦ ਅਸਲ ਈਡੀ ਦੇ ਵੱਲੋਂ ਵਾਰੀ ਵਾਰੀ ਸਮਨ ਪੇਂਡੇ ਭੇਜਣ ਦੇ ਬਾਵਜੂਦ ਅਰਵਿੰਦ ਕੇਜਰੀਵਾਲ ਪੁੱਛ ਗਿਛ ਲਈ ਪੇਸ਼ ਨਹੀਂ ਹੋ ਰਹੇ ਸੀ ਜਿਹੇ ਵਿੱਚ ਈਡੀ ਨੇ ਕੇਜਰੀਵਾਲ ਦੇ ਖਿਲਾਫ ਅਦਾਲਤ ਦਾ ਰੁਖ ਕੀਤਾ ਹੁਣ ਤੱਕ ਕੇਜਰੀਵਾਲ ਨੂੰ 8 ਸਮਨ ਈਡੀ ਨੇ ਜਾਰੀ ਕੀਤੇ ਨੇ ਪਰ ਕੇਜਰੀਵਾਲ ਇੱਕ ਵਾਰ ਵੀ ਨਹੀਂ ਪਹੁੰਚੀ ਰਾਊਜ਼ ਐਵੇਨਿਊ ਅਦਾਲਤ ਨੇ ਅਰਵਿੰਦ ਕੇਜਰੀਵਾਲ ਨੂੰ ਸਮਨ ਜਾਰੀ ਕਰਕੇ 16 ਮਾਰਚ ਨੂੰ ਪੇਸ਼ ਹੋਣ ਲਈ ਕਿਹਾ ਸੀ 15 ਮਾਰਚ ਨੂੰ ਅਰਵਿੰਦ ਕੇਜਰੀਵਾਲ ਅਦਾਲਤ ਦੇ ਵਿੱਚ ਪਹੁੰਚੇ ਸੀ ਕਿ ਪੇਸ਼ੀ ਤੁਰਾਹ ਦਿੱਤੀ ਜਾਵੇ ਪਰ ਨਹੀਂ ਦਿੱਤੀ ਗਈ ਇਸ ਕਰਕੇ ਅਰਵਿੰਦ ਕੇਜਰੀਵਾਲ ਨੂੰ ਪੇਸ਼ ਹੋਣਾ ਹੀ ਪਿਆ ਹਾਲਾਂਕਿ 5-10 ਮਿੰਟ ਹੀ ਕਾਰਵਾਈ ਚੱਲੀ ਤੇ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲ ਗਈ ਸੀ ਚੰਡੀਗੜ੍ਹ ਮੇਅਰ ਚੋਣਾਂ ਦੇ ਵਿੱਚ ਬੈਲਟ ਪੇਪਰਾਂ ਵਿੱਚ ਕਥਿਤ ਤੌਰ ਤੇ ਛੇੜਛਾੜ ਕਰਨ ਵਾਲੇ ਪ੍ਰੈਜ਼ਾਈਡਿੰਗ ਅਫਸਰ ਅਨਿਲ ਮਸੀਨੇ ਸੁਪਰੀਮ ਕੋਰਟ ਵਿੱਚ ਹਲਫਨਾਮਾ ਦਾਇਰ ਕਰ ਦਿੱਤਾ ਹੈ ਹਲਫਨਾਮਾ ਦਾਇਰ ਕਰਕੇ ਕਿਹਾ ਕਿ ਉਸ ਨੂੰ ਤਣਾਅ ਤੇ ਚਿੰਤਾ ਦੀ ਬਿਮਾਰੀ ਹੈ ਇਸ ਦੇ ਨਾਲ ਹੀ ਮਸੀਨੇ ਆਪਣੇ ਪੁਰਾਣੇ ਸਟੈਂਡ ਨੂੰ ਵੀ ਦੁਹਰਾਇਆ ਕਿ ਉਹਨਾਂ ਨੇ ਕੁਝ ਵੈਲਟ ਪੇਪਰ ਵੱਖਰੇ ਰੱਖੇ ਸੀ 8 ਵੈਲਟ ਪੇਪਰ ਤਾਂ ਕਹਿੰਦੇ ਪਹਿਲਾਂ ਤੋਂ ਹੀ ਖਰਾਬ ਸੀ ਸੁਪਰੀਮ ਕੋਰਟ 'ਚ ਦਿੱਤੇ ਹਲਫਨਾਮੇ 'ਚ ਮਸੀਨੇ ਆਪਣੇ ਤੇ ਲੱਗੇ ਵੈਲਟ ਪੇਪਰਾਂ ਦੀ ਛੇੜਛਾੜ ਦੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਦਾਅਵਾ ਕੀਤਾ ਕਿ ਉਹਨਾਂ ਦੇ ਕੰਮਾਂ ਦੀ ਲਗਾਤਾਰ ਆਲੋਚਨਾ ਨੇ ਉਹਨਾਂ ਨੂੰ ਬਹੁਤ ਸਦਮਾ ਪਹੁੰਚਾਇਆ ਜਿਸ ਕਰਕੇ ਤਣਾਅ ਦੇ ਲਈ ਉਹਨਾਂ ਨੂੰ ਪੇਸ਼ੇਵਰ ਕੁਝ ਖਾਸ ਤੇ ਜ਼ਰੂਰੀ ਖਬਰਾਂ ਤੁਹਾਨੂੰ ਦੱਸਦೇನೆ ਹਾਂ ਵਧ ਰਹੇ ਸਾਈਬਰ ਅਪਰਾਧਾਂ ਨੂੰ ਪ੍ਰਭਾਵਸ਼ਾਲੇ ਢੰਗ ਨਾਲ ਠੱਲ ਪਾਉਣ ਦੇ ਮੰਦੇ ਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਾਰੇ 28 ਪੁਲਿਸ ਜ਼ਿਲ੍ਹਿਆਂ ਸਮੇਤ ਤਿੰਨ ਕਮਿਸ਼ਨਰੇਟਾਂ ਦੇ ਵਿੱਚ 28 ਨਵੇਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਜਲਦ ਸਥਾਪਿਤ ਕੀਤੇ ਜਾਣ ਦਾ ਐਲਾਨ ਕੀਤਾ ਹੈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਹੈ ਕਿ ਇਹ ਜਿਹੜੇ ਸਟੇਸ਼ਨ ਸਥਾਪਿਤ ਹੋਣ ਦੇ ਨਾਲ ਲੋਕਾਂ ਨੂੰ ਸਾਈਬਰ ਠੱਗੀਆਂ ਤੋਂ ਕਿਸੇ ਵੀ ਤਰ੍ਹਾਂ ਦੀ ਵਿੱਤੀ ਧੋਖਾਧੜੀ ਹੋਵੇ ਆਈਡੈਂਟੀਟੀ ਥੈਫਟ ਹੋਵੇ ਹੈਕਿੰਗ ਹੋਵੇ ਆਨਲਾਈਨ ਸਕੈਮ ਹੋਵੇ ਇਹਨਾਂ ਤੋਂ ਰਾਹਤ ਮਿਲੇਗੀ ਇਹਨਾਂ ਦੀ ਜਾਂਚ ਇਹ ਸਟੇਸ਼ਨ ਕਰਿਆ ਕਰਨਗੇ ਤੇ ਮਾਹਿਰ ਜਿਹੜੇ ਮਾਹਿਰ ਮੁਲਾਜ਼ਮ ਨੇ ਉਹਨਾਂ ਨੂੰ ਹੀ ਤੈਨਾਤ ਕੀਤਾ ਜਾਵੇਗਾ ਇਪੋਲੀਸ ਸਟੇਸ਼ਨ ਸਬੰਧਤ ਜ਼ਿਲ੍ਹੇ ਦੇ ਐਸਐਸਪੀ ਸੀਪੀ ਦੀ ਨਿਗਰਾਨੀ ਵਿੱਚ ਕੰਮ ਕਰਨਗੇ ਵਧੀਕ ਡੀਜੀਪੀ ਸਾਈਬਰ ਕ੍ਰਾਈਮ ਵੱਲੋਂ ਸਾਰੀ ਨਜ਼ਰਸਾਨੀ ਦੇ ਵਿੱਚ ਇਹ ਕੰਮ ਕਰਨਗੇ ਸਰਕਾਰ ਨੇ ਭਾਰਤੀ ਜੀਵਨ ਬੀਮਾ ਨਿਗਮ ਲਿਮਟਿਡ ਦੇ ਕਰਮਚਾਰੀਆਂ ਨੂੰ ਹੋਲੀ ਦਾ ਵੱਡਾ ਤੋਹਫਾ ਦਿੱਤਾ ਹੈ ਕੇਂਦਰ ਨੇ LIC ਦੇ 1 ਲੱਖ ਤੋਂ ਵੱਧ ਕਰਮਚਾਰੀਆਂ ਦੀ ਬੇਸਿਕ ਤਨਖਾਹ ਦੇ ਵਿੱਚ ਕਹਿੰਦੇ 17% ਦੀ ਵਾਧੇ ਨੂੰ ਹਰੀ ਝੰਡੀ ਦਿੱਤੀ ਹੈ ਤਨਖਾਹ ਵਾਧਾ ਅਗਸਤ 2022 ਤੋਂ ਲਾਗੂ ਹੋਵੇਗਾ ਭੱਤਿਆਂ ਸਮੇਤ 22% ਤੱਕ ਤਨਖਾਹ ਵਧੇਗੀ ਇਹ ਤਨਖਾਹ ਵਾਧਾ 1 April 2010 ਤੋਂ ਬਾਅਦ ਨਿਯੁਕਤ ਕੀਤੇ ਗਏ ਲਗਭਗ 24000 NPS ਕਰਮਚਾਰੀਆਂ ਦੇ ਬਿਹਤਰ ਭਵਿੱਖ ਨੂੰ ਯਕੀਨੀ ਬਣਾਏਗਾ ਇਸ ਵਿੱਚ ਯੋਗਦਾਨ ਨੂੰ 10% ਤੋਂ ਵਧਾ ਕੇ 14% ਕਰਨਾ ਸ਼ਾਮਲ ਹੈ ਜਲੰਧਰ ਦਾ ਆਦਮਪੁਰ ਹਵਾਈ ਅੱਡਾ ਅੱਜ ਤੋਂ ਸ਼ੁਰੂ ਹੋ ਜਾਏਗਾ ਕੁਝ ਦਿਨ ਪਹਿਲਾਂ ਭਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਰਚੁਅਲੀ ਇਸ ਦੇ ਨਵੇਂ ਟਰਮੀਨਲ ਦਾ ਉਦਘਾਟਨ ਕੀਤਾ ਸੀ ਕੇਂਦਰ ਸਰਕਾਰ ਦੇ ਸਟਾਫ ਵੱਲੋਂ ਡਾਣਾ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਸ਼ੁਰੂਆਤ ਵਿੱਚ ਆਦਮਪੁਰ ਹਵਾਈ ਅਡੇ ਤੋਂ ਪੰਜ ਥਾਵਾਂ ਦੇ ਲਈ ਫਲਾਈਟ ਚਾਲੂ ਹੋਵੇਗੀ ਜਿਸ ਵਿੱਚ ਦਿੱਲੀ ਦਾ ਹਿੰਦਨ ਸ਼੍ਰੀ ਨੰਦੇੜ ਸਾਹਿਬ ਗੋਆ ਕੋਲਕਾਤਾ ਤੇ ਬੈਂਗਲੁਰੂ ਸ਼ਾਮਿਲ ਨੇ ਤੇ ਪਹਿਲੀ ਫਲਾਈਟ ਬੈਂਗਲੁਰੂ ਤੋਂ ਰਵਾਨਾ ਹੋਵੇਗੀ 31 ਮਾਰਚ ਨੂੰ ਤੜਕੇ ਆਦਮਪੁਰ ਪਹੁੰਚੇਗੀ ਕੈਨੇਡਾ ਦੀ ਧਰਤੀ ਤੇ 16 ਸਾਲ ਦੀ ਪੰਜਾਬੀ ਧੀ ਨੇ ਕਮਾਲ ਕਰ ਦਿੱਤਾ ਐਂਜਲ ਬਿਲਨ ਨੇ weight lifting ਦੇ ਵਿੱਚ ਸੋਨ ਤਗਮਾ ਜਿੱਤਿਆ ਹੈ ਐਂਜਲ ਜਦੋਂ 6 ਸਾਲ ਦੀ ਸੀ ਤਾਂ ਉਸਨੇ weight lifting ਸ਼ੁਰੂ ਕਰ ਦਿੱਤੀ ਸੀ ਐਂਜਲ ਬਿਲਨ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਦੇ ਬੰਗਾ ਨੇੜਲੇ ਪਿੰਡ ਰਾਏਪੁਰ ਡੱਬਾ ਦੀ ਰਹਿਣ ਵਾਲੀ ਹੈ ਕੈਨੇਡਾ ਦੇ BC ਵਿੱਚ ਕਰਵਾਏ ਮੁਕਾਬਲਿਆਂ ਦੇ ਵਿੱਚ ਜੂਨੀਅਰ ਪ੍ਰੋਵਿੰਸ਼ੀਅਲ ਚੈਂਪੀਅਨਸ਼ਿਪ 2024 weight lifting ਮੁਕਾਬਲੇ ਦੇ ਵਿੱਚ 16 ਸਾਲਾ ਪੰਜਾਬੀ ਕੁੜੀ ਨੇ ਤੋਲਕ एंजेल इसका नाम है उसने पहला था हासिल ਕੀਤਾ ਹੈ ਤੇ ਸੋਨਾ ਜਿੱਤ ਲਿਆ ਹੈ ਭਾਈਚਾਰੇ ਦੇ ਵੱਲੋਂ ਖੂਬ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਉਸ ਨੂੰ ਬ੍ਰਿਟਿਸ਼ ਕੋਲੰਬੀਆ weight lifting association ਵੱਲੋਂ ਵੈਸਟ ਮੈਲਾ ਲਿਫਟਰ ਦਾ ਸਨਮਾਨ ਵੀ ਦਿੱਤਾ ਗਿਆ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਿਆਸਤ ਛੱਡਣ ਦੇ ਸੰਕੇਤ ਦਿੱਤੇ ਨੇ ਰੇਡੀਓ ਕੈਨੇਡਾ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਟਰੂਡੋ ਨੇ ਕਿਹਾ ਕਿ ਮੈਂ ਹਰ ਦਿਨ ਸਿਆਸਤ ਛੱਡਣ ਬਾਰੇ ਸੋਚਦਾ ਹਾਂ ਅਸਤੀਫਾ ਦੇਣ ਦਾ ਖਿਆਲ ਹਰ ਦਿਨ ਆਉਂਦਾ ਹੈ ਕਿਉਂਕਿ ਕਹਿੰਦੇ ਜੋ ਮੈਂ ਕਰ ਰਿਹਾ ਇਹ ਪਾਗਲਪਨ ਭਰਿਆ ਕੰਮ ਹੈ ਨਿੱਜੀ ਤੌਰ ਤੇ ਕੁਰਬਾਨੀ ਦੇਣੀ ਪੈਂਦੀ ਹੈ ਬੇਸ਼ੱਕ ਇਹ ਬਹੁਤ ਮੁਸ਼ਕਲ ਹੈ ਕਦੇ-ਕਦੇ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਕਹਿੰਦੇ ਉਹ ਸਿਆਸਤ ਕਹਿੰਦੇ ਮੈਂ ਸਿਆਸਤ ਵਾਸਤੇ ਨਹੀਂ ਆਇਆ ਸੀ ਨਾ ਹੀ ਮੇਰਾ ਕੋਈ ਨਿੱਜੀ ਕਾਰਨ ਸੀ ਸਿਆਸਤ ਵਿੱਚ ਕਦਮ ਰੱਖਣ ਦਾ ਮੈਂ ਸਿਰਫ ਲੋਕਾਂ ਦੀ ਸੇਵਾ ਕਰਨ ਲਈ ਪੋਲਿਟਿਸ਼ੀਅਨ ਬਣਿਆ ਮੈਂ ਜਾਣਦਾ ਕਿ ਮੈਂ ਅਜਿਹਾ ਕਰ ਰਿਹਾ ਦਰਅਸਲ ਕੈਨੇਡਾ ਦੇ ਪ੍ਰਧਾਨ ਮੰਤਰੀ ਘਰੇਲੂ ਸਿਆਸੀ ਤੇ ਆਰਥਿਕ ਤਿੰਨਾ ਮੋਰਚਿਆਂ ਤੇ ਇਸ ਵਕਤ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਨੇ 18 ਸਾਲ ਬਾਅਦ 2023 ਦੇ ਵਿੱਚ ਟਰੂਡੋ ਨੇ ਆਪਣੀ ਪਤਨੀ ਸੋਫੀ ਨੂੰ ਵੀ ਤਲਾਕ ਦੇ ਦਿੱਤਾ ਤਿੰਨੋਂ ਬੱਚੇ ਵੀ ਪਤਨੀ ਦੇ ਨਾਲ ਰਹਿੰਦੇ ਨੇ ਸਿਆਸੀ ਪੰਦਰ ਤੇ ਵਿਰੋਧੀ ਧਿਰ ਉਹਨਾਂ ਦੀ ਕਾਬਲੀਅਤ ਤੇ ਲਗਾਤਾਰ ਸਵਾਲ ਚੁੱਕ ਰਹੀ ਹੈ ਹਾਲਾਂਕਿ ਉਹ ਦੁਨੀਆ ਦੇ ਜਿਹੜੇ ਲੋਕਪ੍ਰੀਆ ਪ੍ਰਧਾਨ ਮੰਤਰੀਆਂ ਵਜੋਂ ਜਾਣੇ ਜਾਂਦੇ ਨੇ ਦੇਸ਼ ਦੀ ਆਰਥਿਕ ਹਾਲਤ ਵੀ ਲਗਾਤਾਰ ਖਰਾਬ ਹੋ ਰਹੀ ਹੈ ਜੀਡੀਪੀ ਰਿਕਾਰਡ ਪੱਧਰ ਤੇ ਹੇਠਾਂ ਡਿੱਗੀ ਹੈ ਜਾਣਕਾਰਾਂ ਦਾ ਦਾਅਵਾ ਹੈ ਕਿ ਮੌਜੂਦਾ ਹਾਲਾਤਾਂ ਮੁਤਾਬਿਕ ਕੈਨੇਡਾ ਅਮੀਰ ਮੁਲਕਾਂ ਦੀ ਲਿਸਟ ਤੋਂ ਬਾਹਰ ਹੋ ਗਿਆ ਜੇ ਹਾਲਾਤ ਨਾ ਸੁਧਰੇ ਤਾਂ ਮੁਲਕ ਗਰੀਬ ਮੁਲਕਾਂ ਦੀ ਅਕਤੂਬਰ 2025 ਦੇ ਵਿੱਚ ਕੈਨੇਡਾ ਦੇ ਵਿੱਚ ਆਮ ਚੋਣਾਂ ਹੋਣਗੀਆਂ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਲਈ ਸਰਵੇ ਹੋ ਰਹੇ ਨੇ ਇਹਨਾਂ ਸਰਵੇਜ਼ ਦੇ ਵਿੱਚ ਟਰੂਡੋ ਕਾਫੀ ਪਿੱਛੇ ਨੇ ਕੈਨੇਡਾ ਦੇ অন্ਟਾਰੀਓ ਸੂਬੇ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ ਇੱਕ ਘਰ ਦੇ ਵਿੱਚ ਅੱਗ ਲੱਗਣ ਕਾਰਨ ਭਾਰਤੀ ਮੂਲ ਦੇ ਜੋੜੇ ਸਮੇਤ ਉਹਨਾਂ ਦੀ ਧੀ ਜਿੰਦਾ ਸੜ ਗਈ ਪੀਲ ਪੁਲਿਸ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਬ੍ਰੈਂਪਟਨ ਦੇ ਬਿਗ ਸਕਾਈਵੇ ਤੇ ਵੈਨ ਕਿਰਕ ਡਰਾਈਵ ਖੇਤਰ ਦੇ ਵਿੱਚ 7 ਮਾਰਚ ਨੂੰ ਇੱਕ ਘਰ ਦੇ ਵਿੱਚ ਸ਼ੱਕੀ ਹਾਲਾਤਾਂ ਵਿੱਚ ਅੱਗ ਲੱਗੀ ਤੇ ਜਾਨ ਗਵਾਉਣ ਵਾਲਿਆਂ ਦੀ ਪਛਾਣ ਹੋ ਚੁੱਕੀ ਹੈ ਅੱਗ ਬੁਝਾਉਣ ਤੋਂ ਬਾਅਦ ਜਦੋਂ ਪੁਲਿਸ ਨੇ ਘਰ ਦੀ ਤਲਾਸ਼ੀ ਲਈ ਤਾਂ ਮਨੁੱਖੀ ਅਵਸ਼ੇਸ਼ ਬਰਾਮਦ ਹੋਏ ਯਾਨੀ ਕਿ ਅੱਗ ਦੇ ਵਿੱਚ ਸਭ ਕੁਝ ਸੜ ਚੁੱਕਿਆ ਸੀ ਉਸ ਸਮੇਂ ਤਾਂ ਜਾਨ ਗਵਾਉਣ ਵਾਲਿਆਂ ਦੀ ਗਿਣਤੀ ਦਾ ਨਹੀਂ ਪਤਾ ਲੱਗਿਆ ਪਰ ਬਾਅਦ ਵਿੱਚ ਪਛਾਣ ਹੋ ਗਈ ਕਿ ਰਾਜੀਵ ਵਾਰਿਕੋ 51 ਸਾਲ ਪਤਨੀ ਸ਼ਿਲਪਾ ਕੋਠਾ 47 ਸਾਲ ਤੇ ਧੀ ਮਹਿਕ ਮਹਿਜ਼ 16 ਸਾਲ ਦੀ ਸੀ ਮਲੇਸ਼ੀਆ ਦੇ ਵਿੱਚ ਪੰਜਾਬੀ ਵਿਅਕਤੀ ਦੀ ਭੇਤਪਰੀ ਹਾਲਤ ਦੇ ਵਿੱਚ ਜਾਨ ਚਲੀ ਗਈ ਹੈ ਪਛਾਣ ਬਿੱਟੂ ਸਿੰਘ ਪੁੱਤਰ ਲਾਲੀ ਚੌਧਰੀ ਵਜੋਂ ਹੋਈ ਹੈ 6 ਮਹੀਨੇ ਪਹਿਲਾਂ ਹੀ ਵਿਦੇਸ਼ ਗਿਆ ਸੀ ਪਿਛਲੇ 2 ਹਫ਼ਤਿਆਂ ਤੋਂ ਪਰਿਵਾਰ ਨਾਲੋਂ ਸੰਪਰਕ ਟੁੱਟਣ ਕਰਕੇ ਉਹਨਾਂ ਨੇ ਰਿਸ਼ਤੇਦਾਰਾਂ ਦੇ ਜ਼ਰੀਏ ਪੁੱਤ ਦੀ ਭਾਲ ਕੀਤੀ ਤਾਂ ਪਤਾ ਲੱਗਿਆ ਕਿ ਉਸਦੀ ਦੇਹ ਇੱਕ ਸ਼ਹਿਰ ਦੇ ਹਸਪਤਾਲ ਦੇ ਵਿੱਚ ਪਈ ਹੈ ਹਾਲਾਂਕਿ ਦੇਹ ਪੰਜਾਬ ਪਹੁੰਚ ਚੁੱਕੀ ਹੈ ਅੰਤਿਮ ਸੰਸਕਾਰ ਵੀ ਹੋ ਚੁੱਕਿਆ ਹੈ ਪਰ ਪੁਲਿਸ ਜਾਂਚ ਕਰ ਰਹੀ ਹੈ ਹੋਇਆ ਕਿ ਲੁਧਿਆਣਾ ਦੇ ਵਿੱਚ ਇੱਕ ਨਾਬਾਲਗ ਲੜਕੀ ਨੇ ਸ਼ੱਕੀ ਹਾਲਾਤਾਂ ਦੇ ਵਿੱਚ ਆਪਣੀ ਜ਼ਿੰਦਗੀ ਖਤਮ ਕਰ ਦਿੱਤੀ ਇਹ ਘਟਨਾ ਰਾਹੋਂ ਰੋਡ ਸਥਿਤ ਕ੍ਰਿਸ਼ਨਾ ਕਲੋਨੀ ਇਲਾਕੇ ਵਿੱਚ ਸ਼ੁੱਕਰਵਾਰ ਦੀ ਰਾਤ ਵਾਪਰੀ ਜਦੋਂ ਭੈਣ ਨੂੰ ਲਟਕਦਾ ਦੇਖ ਕੇ ਭਰਾ ਰੋਸ਼ਨਦਾਨ ਨੂੰ ਤੋੜ ਕੇ ਕਮਰੇ ਵਿੱਚ ਦਾਖਲ ਹੋਇਆ ਪੰਜਾਬ ਚ 100 ਕਰੋੜ ਦੀ ਠੱਗੀ ਮਾਰਨ ਵਾਲੇ ਵੱਡੇ ਚਾਲਬਾਜ਼ ਨੂੰ ਪੰਜਾਬ ਪੁਲਿਸ ਨੇ 1000 ਕਿਲੋਮੀਟਰ ਦੂਰੋਂ ਗ੍ਰਿਫਤਾਰ ਕੀਤਾ ਹੈ ਇਸ ਨੇ ਪੰਜਾਬ ਦੇ ਪਤਾ ਨਹੀਂ ਕਿੰਨੇ ਨੌਜਵਾਨਾਂ ਦੇ ਨਾਲ ਨੌਕਰੀ ਪੋਸਟਿੰਗ ਤੇ ਤਬਾਦਲਿਆਂ ਦੇ ਨਾਂ ਤੇ ਠੱਗੀ ਮਾਰੀ ਪੰਜਾਬ ਪੁਲਿਸ ਨੇ ਠੱਗ ਅਮਨਦੀਪ ਕੰਬੋਜ ਉਰਫ ਅਮਰ ਸਕੋਡਾ ਨੂੰ ਵਾਰਾਨਸੀ ਤੋਂ ਫੜਿਆ ਹੈ ਐਸਐਸਪੀ ਫਾਜ਼ਿਲਕਾ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਉਸਦੇ ਵਾਰਾਨਸੀ ਵਿੱਚ ਲੁਕੇ ਹੋਣ ਦੀ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਇੱਕ ਸਪੈਸ਼ਲ ਟੀਮ ਭੇਜੀ ਗਈ ਤੇ ਇਸ ਨੂੰ ਦਬੋਚਿਆ ਗਿਆ ਉਮਰ ਮਹਿਜ਼ 34 ਸਾਲ ਦੀ ਹੈ ਛੋਟੀ ਉਮਰ ਦੇ ਵਿੱਚ ਵੀ ਇਹਨੇ ਕਈ ਧੋਖਾਧੜੀਆਂ ਕੀਤੀਆਂ ਤੇ ਮੁਕਦਮੇ ਵੀ ਦਰਜ ਨੇ ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤ ਅਤੇ ਪੂਰੀ ਦੁਨੀਆ ਤੋਂ ਬੀਜੇਪੀ ਨੇ ਅੱਜ ਆਪਣੀ ਚੋਣ ਮੁਹਿੰਮ ਦਾ ਥੀਮ ਗਾਣਾ ਮੈਂ ਮੋਦੀ ਦਾ ਪਰਿਵਾਰ ਹਾਂ ਲਾਂਚ ਕਰ ਦਿੱਤਾ ਇਸ ਦਾ ਵੀਡੀਓ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਵੀ ਸਾਂਝਾ ਕੀਤਾ ਜਿਸ ਵਿੱਚ ਲਿਖਿਆ ਸੀ ਮੇਰਾ ਭਾਰਤ ਮੇਰਾ ਪਰਿਵਾਰ ਚੋਣ ਤਰੀਕਾਂ ਦੇ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ ਆ ਗਿਆ ਚੋਣ ਕਮਿਸ਼ਨ ਨੇ 2024 ਦੀਆਂ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ ਅਸੀਂ ਕਹਿੰਦੇ ਬੀਜੇਪੀ ਐਨਡੀਏ ਚੋ ਸੱਤਾ ਸਾਮਣ ਤੋਂ ਪਹਿਲਾਂ ਭਾਰਤ ਦੇ ਲੋਕ ਇੰਡੀਆ ਗੱਠਜੋੜ ਦੇ ਤਰਸਯੋਗ ਸ਼ਾਸਨ ਕਾਰਨ ਠੱਗਿਆ ਤੇ ਨਿਰਾਸ਼ ਮਹਿਸੂਸ ਕਰ ਰਹੇ ਸਨ ਤੇ ਉਦੋਂ ਸਾਡੀ ਸਰਕਾਰ ਆਈ ਤੇ ਵੱਡੀ ਤਬਦੀਲੀ ਹੋਈ ਸ਼ਾਨਦਾਰ ਤਬਦੀਲੀ ਹੋਈ ਚੋਣ ਕਮਿਸ਼ਨ ਦੇ ਵੱਲੋਂ ਅੱਜ ਚੋਣ ਤਰੀਕਿਆਂ ਦਾ ਐਲਾਨ ਕੀਤੇ ਜਾਣ ਦੇ ਨਾਲ ਹੀ ਅੱਜ ਪੂਰੇ ਦੇਸ਼ ਦੇ ਵਿੱਚ ਚੋਣ ਜ਼ਾਬਤਾ ਵੀ ਲਾਗੂ ਹੋ ਗਿਆ ਹੈ ਜੋ ਚੋਣ ਪ੍ਰਕਿਰਿਆ ਪੂਰੀ ਹੋਣ ਤੱਕ ਬਰਕਰਾਰ ਰਹੇਗਾ ਜਦੋਂ ਚੋਣ ਜ਼ਾਬਤਾ ਲਾਗੂ ਹੁੰਦਾ ਹੈ ਤਾਂ ਕਈ ਬਦਲਾਅ ਵੀ ਹੋ ਜਾਂਦੇ ਨੇ ਚੋਣ ਕਮਿਸ਼ਨ ਦੇ ਵੱਲੋਂ ਸਿਆਸੀ ਪਾਰਟੀਆਂ ਨੂੰ ਕਈ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਇਹਨਾਂ ਹਦਾਇਤਾਂ ਦੇ ਤਹਿਤ ਕਿਹਾ ਗਿਆ ਹੈ ਕਿ ਚੋਣ ਪ੍ਰਚਾਰ ਦੇ ਲਈ ਪਾਰਟੀਆਂ ਮੰਦਰ ਮਸਜਿਦ ਚਰਚ ਗੁਰਦੁਆਰਿਆਂ ਕਿਸੇ ਵੀ ਧਾਰਮਿਕ ਥਾਂ ਦੀ ਵਰਤੋਂ ਨਹੀਂ ਕਰ ਸਕਦੀਆਂ ਤੇ ਨਾ ਹੀ ਕੋਈ ਐਲਾਨ ਕਰ ਸਕਦੀਆਂ ਨੇ ਕਾਂ ਸਾਡੀ ਪਾਰਟੀ ਕਾਂਗਰਸ ਚੋਣਾਂ ਦੇ ਲਈ ਤਿਆਰ ਹੈ ਦੇਸ਼ ਦੀ ਜਮਹੂਰੀਅਤ ਦਾ ਭਵਿੱਖ ਇਹਨਾਂ ਚੋਣਾਂ ਦੇ ਵਿੱਚ ਤੈਅ ਹੋਵੇਗਾ ਆਪਕਾਰੀ ਨੀਤੀ ਵਿੱਚ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਦਿੱਲੀ ਅਦਾਲਤ ਨੇ ਬੀਆਰਐਸ ਆਗੂ ਕੇ ਕਵਿਤਾ ਨੂੰ 33 ਤਰੀਕ ਤੱਕ ਈਡੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ ਆਰਐਸਐਸ ਨੇ ਦੋਸ਼ ਲਾਇਆ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸਾਨ ਅੰਦੋਲਨ ਦੇ ਬਹਾਨੇ ਦੇਸ਼ ਦੇ ਵਿੱਚ ਬਦਅਮਨੀ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਆਰਐਸਐਸ ਦੇ ਵੱਲੋਂ ਕਿਸਾਨਾਂ ਦੇ ਸੰਘਰਸ਼ ਤੇ ਕੀਤਾ ਗਿਆ ਇੱਕ ਵੱਡਾ ਸ਼ਬਦੀ ਹਮਲਾ ਹੈ ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਤੁਸੀਂ ਸਾਰੇ ਆਪਣਾ ਧਿਆਨ ਰੱਖਿਓ ਲੋੜਵੰਦਾਂ ਦੀ ਮਦਦ ਜ਼ਰੂਰ ਕਰਦੇ ਰਿਹਾ ਕਰੋ ਤੇ ਅਫਵਾਹਾਂ ਤੋਂ ਬਚ ਕੇ ਰਿਹਾ ਕਰੋ ਸਵੇਰ ਦੀਆਂ ਖਬਰਾਂ 'ਚ ਫੇਰ ਮਿਲਾਂਗੇ ਧੰਨਵਾਦ